बिजनेसिस ਅਤੇ ਪ੍ਰੋਵਿੰਸਸ ਨੇ ਵੀ ਆਪਣਾ ਰੋਲ ਪਲੇ ਕੀਤਾ ਜਿਹੜਾ ਪੂਰਾ ਇਮੀਗ੍ਰੇਸ਼ਨ ਸਿਸਟਮ ਜਿਹੜਾ ਆਊਟ ਆਫ ਕੰਟਰੋਲ ਹੋਇਆ। ਇਹ ਸਹੀ ਯਾਦ ਰੱਖਣਾ ਚਾਹੀਦਾ ਸਾਰਿਆਂ ਨੂੰ, ਤੁਸੀਂ ਵੀ ਗੱਲ ਬਹੁਤ ਵਾਰੀ ਕੀਤੀ ਕਿ ਨੰਬਰ ਤਾਂ ਕੋਈ ਹੈਗਾ ਹੀ ਨਹੀਂ, ਕਿਸੇ ਨੂੰ ਪਤਾ ਹੀ ਨਹੀਂਗਾ ਨੰਬਰ ਕੀ ਆ। ਇਮੀਗ੍ਰੈਂਟਸ ਨੂੰ ਰਿਪ੍ਰੈਜ਼ੈਂਟ ਕਰਨ ਵਾਲੀਆਂ ਆਰਗੇਨਾਈਜੇਸ਼ਨ ਬਣੀ, ਇਮੀਗ੍ਰੈਂਟਸ ਦੀ ਭਲਾ ਕਿਹੜੀ ਆਰਗੇਨਾਈਜੇਸ਼ਨ? ਉਹਨੇ ਇੱਕ 12 ਕਿ 20 ਘੰਟੇ ਦੇ ਵਿੱਚ ਸੋਚ ਕੇ ਤਾਂ ਆਏ ਬੰਦੇ, ਅਸੀਂ ਮੀਟਿੰਗ ਬੁਲਾ ਕੇ ਕਹਿ ਤਾਂ ਕਿ ਮੈਨੂੰ ਸਭ ਪਤਾ ਲੱਗ ਗਿਆ ਨਾ। ਤੁਸੀਂ ਅੱਜ LMIA ਵੇਚਣ ਤੇ LMI ਤੇ ਕੰਪਲੀਟ ਬੈਨ ਕਰ ਦਿਓ ਕਿ LMI ਹੈ ਹੀ ਨਹੀਂ। ਕੈਨੇਡੀਅਨ ਇਕਨੋਮੀ ਦਾ ਜੋ ਹਾਲ ਉਹ ਸਾਰਿਆਂ ਨੂੰ ਦਿਸਦਾ ਪਿਆ, ਉਹਦੇ ਤੇ ਕਿਸੇ ਨੂੰ ਵੀ ਅਜੇ ਬਹੁਤਾ ਕੋਈ ਇੰਟਰਸਟ ਗਰੁੱਪ ਤੋਂ ਸੁਣਨ ਦੀ ਲੋੜ ਨਹੀਂ ਹੈ। ਇਹ ਜਿਹੜੀਆਂ ਐਬਰਪਟ ਚੇਂਜਸ ਕੀਤੀਆਂ ਗਈਆਂ ਇਹ ਬਿਜ਼ਨਸਿਸ ਦਾ ਨੁਕਸਾਨ ਕਰਨਗੀਆਂ। ਪ੍ਰਾਈਮ ਮਿਨਿਸਟਰ ਨੇ ਇਹ ਮੰਨਿਆ ਕਿ ਕੋਵਿਡ ਤੋਂ ਬਾਅਦ ਜਿਹੜੀ ਸਿਚੁਏਸ਼ਨ ਬਣੀ ਸੀ ਉਸ ਨੂੰ ਬੈਲੈਂਸ ਨਹੀਂ ਕੀਤਾ, ਉਸ ਨੂੰ ਠੀਕ ਸਾਡੀ ਸਰਕਾਰ ਨੇ ਨਹੀਂ ਕੀਤਾ। ਜਿਹੜੇ ਆ ਚੁੱਕੇ ਉਹਨਾਂ ਨੂੰ ਤਾਂ ਪੀਆਰ ਕਰੋ, ਕਿਉਂਕਿ ਅਗਰ ਸਰ ਇਹ ਪੀਆਰ ਨਹੀਂ ਹੋਣਗੇ ਤੇ ਸਰ ਕ੍ਰਾਈਮ ਵੀ ਵਧੇਗਾ ਤੇ ਜਿੰਨੀ ਐਕਸਪੋਰਟੇਸ਼ਨ ਆ ਇਹ ਤਾਂ ਦੁੱਗਣੀ ਹੋਣੀ ਆ। ਕੱਲ ਨੂੰ ਜਦੋਂ ਰੋਟੀ ਦੇ ਵਾਂਦੇ ਆ ਗਏ, ਰਹਿਣ ਦੇ ਵਾਂਦੇ ਆ ਗਏ, ਉਹਨਾਂ ਨੂੰ ਜੋ ਵੀ ਕਹੋਗੇ ਉਹਨਾਂ ਨੇ ਕਰਨਗੇ। ਸਰ 2% ਤੋਂ ਥੋੜਾ ਜ਼ਿਆਦਾ ਕਰ ਲਿਆ, ਰਿਟਾਇਰਮੈਂਟ ਏਜ ਵਾਲੇ ਕਿੰਨੇ ਕੁ ਬੰਦੇ ਰਿਟਾਇਰ ਹੋ ਕੇ ਘਰੇ ਬੈਠੇ ਆ, ਜਿਹੜਾ ਰੌਲਾ ਪਾਈ ਜਾਂਦੇ, ਸਾਡੀ ਪਾਪੂਲੇਸ਼ਨ ਬੁੱਢੀ ਹੁੰਦੀ ਆ, ਸਾਨੂੰ ਜੰਗ ਲਿਆਉਣੇ ਆ, ਜੰਗ ਲਿਆਉਣੇ ਆ। ਇਮੀਗ੍ਰੇਸ਼ਨ ਬਹੁਤ ਜ਼ਿਆਦਾ ਹੋ ਰਹੀ, ਇਹਨੂੰ ਰੋਕੋ, 2 ਸਾਲ ਪਹਿਲਾਂ ਡੱਗ ਫੋਰਡ ਨੇ ਕੋਈ ਐਕਸ਼ਨ ਨਹੀਂ ਲਿਆ ਭਾਜੀ। ਅੰਮ੍ਰਿਤਪਾਲ ਹੋਰਾਂ ਦਾ ਕਮੈਂਟ ਹੈ ਕਿ ਜਿਹੜਾ LMIA ਸਕੈਮ ਤੇ ਬ੍ਰੈਂਪਟਨ ਮਿਸਾਗਜ ਅਜੇ ਵੀ ਚੱਲ ਰਿਹਾ। ਇਹ ਮੇਰੀ ਤੁਹਾਡੀ ਸਾਰਿਆਂ ਦੀ ਪ੍ਰੋਬਲਮ ਹੈ, ਇਹ ਪੋਲੀਟੀਸ਼ੀਅਨ ਦੀ ਪ੍ਰੋਬਲਮ ਨਹੀਂ, ਬਿਕੋਜ਼ ਦੇ ਗੈਟਿੰਗ ਮਨੀ ਆਊਟ ਆਫ ਇਟ, ਦੇ ਗੈਟਿੰਗ ਬਿਗ ਕਿਕਬੈਕ ਤੇ ਬੈਂਕਾਂ ਨੂੰ 6,000 ਮਿਲੀਅਨ ਮਿਲ ਰਿਹਾ ਤੇ ਗਵਰਨਮੈਂਟ ਵੀ ਇਹਦਾ ਪਾਰਟ। ਸ਼ਮੀਲ ਜੀ ਇੱਕ ਸੈਂਟੈਂਸ ਹੀ ਮਕਾਉਂਗਾ, ਵੈਲਕਮ ਟੂ ਦਾ ਲੈਂਡ ਆਫ ਡਮੈਸਟ ਪੋਲੀਟੀਸ਼ੀਅਨ। ਪ੍ਰਾਈਮ ਮਿਨਿਸਟਰ ਨੇ ਖੁਦ ਐਲਾਨ ਕੀਤਾ ਕੈਨੇਡਾ ਦੇ ਇਮੀਗ੍ਰੇਸ਼ਨ ਟਾਰਗੇਟਸ ਦੇ ਵਿੱਚ ਵੱਡੀ ਕਟੌਤੀ ਕਰਨ ਦਾ, ਜਿਹਦੇ ਮੁਤਾਬਕ ਜਿਹੜਾ ਪਹਿਲਾ ਗੋਲ ਸੀਗਾ ਕਿ ਹਰ ਸਾਲ 5 ਲੱਖ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਐਡ ਕਰਨੇ ਸੀ, ਜਿਹੜੀਆਂ ਬਾਕੀ ਸਟ੍ਰੀਮਸ ਨੇ ਉਹ ਨਹੀਂ, ਪਰਮਾਨੈਂਟ ਰੈਜ਼ੀਡੈਂਟਸ ਜਿਹੜੇ ਐਡ ਕਰਨੇ ਸੀ ਉਹਨੂੰ ਹੁਣ ਰਿਵਾਈਜ਼ ਕੀਤਾ ਗਿਆ, ਚੇਂਜ ਕੀਤਾ ਗਿਆ। ਔਰ ਪ੍ਰਾਈਮ ਮਿਨਿਸਟਰ ਨੇ ਇਹ ਮੰਨਿਆ ਕਿ ਕੋਵਿਡ ਤੋਂ ਬਾਅਦ ਜਿਹੜੀ ਸਿਚੁਏਸ਼ਨ ਬਣੀ ਸੀ ਉਸ ਨੂੰ ਬੈਲੈਂਸ ਨਹੀਂ ਕੀਤਾ, ਉਸ ਨੂੰ ਠੀਕ ਸਾਡੀ ਸਰਕਾਰ ਨੇ ਨਹੀਂ ਕੀਤਾ, ਹੁਣ ਉਹ ਕਰੈਕਸ਼ਨ ਕੀਤੀ ਜਾ ਰਹੀ। ਸੋ ਹੁਣ ਜਿਹੜੇ ਨਵੇਂ ਟਾਰਗੇਟ ਨੇ ਇਸ ਸਾਲ ਨੈਕਸਟ ਈਅਰ ਦਾ ਜਿਹੜਾ ਟਾਰਗੇਟ ਹੈ 25 ਦਾ, ਉਹਦੇ 'ਚ 5 ਲੱਖ ਨਹੀਂ ਬਲਕਿ 3,95,000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਐਡ ਕੀਤੇ ਜਾਣਗੇ। ਇਸੇ ਤਰ੍ਹਾਂ 2026 'ਚ 3,80,000 ਅਤੇ 2027 'ਚ 3,65,000। ਸੋ ਇਹ ਨੰਬਰ ਚੇਂਜ ਕੀਤੇ ਗਏ ਨੇ ਅਤੇ ਇਹਦੇ ਨਾਲ ਜਿਹੜੀ ਪਾਪੂਲੇਸ਼ਨ ਹੈਗੀ ਹੈ ਉਹਦੇ 'ਚ ਹਲਕੀ ਮਤਲਬ ਡਿਕਲਾਈਨ ਆਏਗਾ 25 ਅਤੇ 26 'ਚ, ਅਤੇ ਫਿਰ ਅੱਗੇ ਜਾ ਕੇ 2027 'ਚ 0.8% ਇਨਕਰੀਜ਼ ਹੋਏਗੀ। ਸੋ ਪਹਿਲਾਂ ਜਿਹੜੇ 1% ਤੋਂ 2 ਈਵਨ ਕਹਿੰਦੇ ਜੀ 2% ਤੋਂ ਵੀ ਵੱਧ ਪਾਪੂਲੇਸ਼ਨ ਪਿਛਲੇ ਸਮੇਂ 'ਚ ਐਡ ਹੁੰਦੀ ਰਹੀ। ਜੇ ਟੋਟਲ ਨੰਬਰ ਦੇਖੀਏ ਜਿਹੜੀ ਕਟੌਤੀ ਕੀਤੀ ਗਈ ਹੈ, ਬਾਕੀ ਵੀ ਜਿਹੜੀਆਂ ਪਹਿਲਾਂ ਵੀ ਸਰਕਾਰ ਕਰ ਚੁੱਕੀ, ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ, ਜਿਹੜੇ ਵਰਕ ਪਰਮਿਟ, ਸਟੂਡੈਂਟ ਵੀਜ਼ਾ ਤੇ ਆ ਰਹੇ, ਇਸ ਕਿਸਮ ਦੇ ਲੋਕਾਂ ਦੇ ਵੀ ਨੰਬਰਸ ਘਟਾਉਣ ਦੀਆਂ ਪਹਿਲਾਂ ਗੱਲਾਂ ਕੀਤੀਆਂ ਗਈਆਂ। ਔਰ ਪ੍ਰਾਈਮ ਮਿਨਿਸਟਰ ਨੇ ਮੰਨਿਆ ਕਿ ਜਿਹੜਾ ਕੁਛ ਇਹ ਹੋਇਆ ਇਹਦੇ ਬਾਰੇ ਬਿਜ਼ਨਸਿਸ ਅਤੇ ਪ੍ਰੋਵਿੰਸਸ ਨੇ ਵੀ ਆਪਣਾ ਰੋਲ ਪਲੇ ਕੀਤਾ ਜਿਹੜਾ ਪੂਰਾ ਇਮੀਗ੍ਰੇਸ਼ਨ ਸਿਸਟਮ ਜਿਹੜਾ ਆਊਟ ਆਫ ਕੰਟਰੋਲ ਹੋਇਆ। ਅਤੇ ਔਰ ਉਹਨਾਂ ਨੇ ਗੱਲ ਕਹੀ ਕਿ ਬਹੁਤ ਸਾਰੀਆਂ ਕਾਰਪੋਰੇਸ਼ਨ ਨੇ ਜਿਹੜੇ ਇਹ ਟੈਂਪਰੇਰੀ ਮੈਜ਼ਰ ਸੀ ਜਿਵੇਂ ਆਹ LMIA ਵਗੈਰਾ, ਇਹਨਾਂ ਨੂੰ ਅਬਿਊਜ਼ ਕੀਤਾ ਅਤੇ ਬਜਾਏ ਇਹਦੇ ਕਿ ਉਹ ਕੈਨੇਡੀਅਨਸ ਨੂੰ ਹਾਇਰ ਕਰਦੇ ਫਰੀ ਮਤਲਬ ਫੇਅਰ ਵੇਜਸ ਦੇ ਉੱਤੇ, ਉਹਨਾਂ ਨੇ ਸਸਤੀ ਫੋਰਨ ਲੇਬਰ। ਸ਼ਾਇਦ ਇੱਥੇ ਵੀ ਪ੍ਰਾਈਮ ਮਿਨਿਸਟਰ ਨੂੰ ਅਜੇ ਭੁਲੇਖਾ ਹੈ ਕਿ ਸ਼ਾਇਦ ਜਿਹੜੇ ਇਹ LMIA ਅਤੇ ਫੋਰਨ ਵਰਕਰ ਹਾਇਰ ਕੀਤੇ ਜਾਂਦੇ ਨੇ ਉਹਨਾਂ ਨੂੰ ਬਿਜ਼ਨਸਿਸ ਲੋ ਵੇਜਸ ਕਰਕੇ ਹਾਇਰ ਕਰਦੇ ਨੇ। ਅਜੇ ਫਿਰ ਅਧੂਰੀ ਜਾਣਕਾਰੀ ਹੈ ਜਾਂ ਅਜੇ ਵੀ ਉਹ ਮੰਨਣ ਨੂੰ ਤਿਆਰ ਨਹੀਂ ਕਿ ਇਹ ਲੋ ਵੇਜਸ ਕਰਕੇ ਹਾਇਰ ਨਹੀਂ ਕੀਤੇ ਜਾਂਦੇ, ਇਹ ਵੇਚੀ ਜਾਂਦੀ ਹੈ, ਉਲਟਾ ਉਹਨਾਂ ਤੋਂ ਪੈਸੇ ਲਏ ਜਾਂਦੇ ਨੇ। ਕਈ ਤਾਂ ਰੈਸਟੋਰੈਂਟ ਸਾਡੇ ਇੱਥੇ ਖੁੱਲ੍ਹਦੇ ਨੇ, ਉਹਨਾਂ ਦਾ ਸਾਰਾ ਸਾਲ ਦਾ ਜਿਹੜਾ ਪਲੈਨ ਹੀ ਇਹ ਹੁੰਦਾ ਕਿ ਅਸੀਂ 4 ਜਾਂ 5 LMIA ਵੇਚ ਦੇਣੀ ਹੈ, ਸਾਡਾ ਬਿਜ਼ਨਸ ਚੱਲ ਜਾਣਾ, ਜਾਂ ਟਰੱਕਿੰਗ ਕੰਪਨੀਜ਼ ਜਾਂ ਹੋਰ ਬਹੁਤ ਸਾਰੇ ਬਿਜ਼ਨਸ। ਸੋ ਇਹ ਜਿਹੜਾ ਸਿਸਟਮ ਇਸ ਤਰ੍ਹਾਂ ਅਬਿਊਜ਼ ਹੋਇਆ। ਖੈਰ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਮੰਨੀ
ਤੇ ਪਰ ਕੀ ਇਹ ਸਰਕਾਰ ਨੂੰ ਇਹਦਾ ਨਹੀਂ ਸੀ ਪਤਾ ਪਹਿਲਾਂ? ਬਿਲਕੁਲ ਪਤਾ ਸੀ। ਇਹਦੇ ਬਾਰੇ ਕੈਨੇਡੀਅਨ ਪ੍ਰੈਸ ਦੀ ਇੱਕ ਰਿਪੋਰਟ ਆਈ ਸੀ, ਜਿਹੜਾ ਐਕਸੈਸ ਟੂ ਇਨਫੋਰਮੇਸ਼ਨ ਹੈ ਉਹਦੇ ਤਹਿਤ ਇਹ ਜਾਣਕਾਰੀ ਲਈ ਗਈ ਸੀ ਕਿ ਜਿਹੜੇ ਫੈਡਰਲ ਪਬਲਿਕ ਸਰਵੈਂਟਸ ਨੇ 2 ਸਾਲ ਪਹਿਲਾਂ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਜਿਸ ਤਰੀਕੇ ਨਾਲ ਇਮੀਗ੍ਰੇਸ਼ਨ ਵਧਾਈ ਗਈ ਹੈ ਉਹਦਾ ਹਾਊਸਿੰਗ ਅਫੋਰਡੇਬਿਲਟੀ ਅਤੇ ਸਰਵਿਸਿਜ਼ 'ਤੇ ਬੁਰਾ ਅਸਰ ਪੈ ਸਕਦਾ। ਸਰਕਾਰ ਦੇ ਆਪਣੇ ਬਿਊਰੋਕਰੈਟਸ ਨੇ 2 ਸਾਲ ਪਹਿਲਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ, ਪਰ ਸਰਕਾਰ ਨਹੀਂ ਜਾਗੀ, ਸਰਕਾਰ ਨੇ ਨਹੀਂ ਇਹ ਫੈਸਲੇ ਲਏ। ਕਿਉਂ? ਹੁਣ ਕਿਉਂਕਿ ਪ੍ਰਾਈਮ ਮਿਨਿਸਟਰ ਦੇ ਉਹਨੂੰ ਪਾਰਟੀ ਦੇ ਅੰਦਰੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਮੇ ਬੀ ਇਸ ਕਰਕੇ ਉਹ ਜਾਗੇ ਨੇ। ਕਿਉਂ ਨਹੀਂ ਜਾਗੇ, ਕਿਉਂ ਨਹੀਂ ਇਹ ਫੈਸਲੇ ਲਏ ਗਏ, ਇਹਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਹੋ ਕੀ ਰਿਹਾ। ਇਹਦੇ 'ਚ ਲੱਗਦਾ ਇਹ ਹੈ ਕਿ ਜਿਹੜੀਆਂ ਲੌਬੀਜ਼ ਨੇ, ਜਿਹੜੇ ਇੰਟਰਸਟ ਗਰੁੱਪ ਨੇ, ਚਾਹੇ ਉਹ ਬਿਜ਼ਨਸਿਸ ਦੇ ਨੇ, ਚਾਹੇ ਹੋਰ ਜਿਹੜੀਆਂ ਸਰਵਿਸਿਜ਼ ਦੇ ਨੇ, ਉਹ ਇਨਫਲੂਐਂਸ ਕਰਦੇ ਨੇ ਸਰਕਾਰੀ ਫੈਸਲਿਆਂ ਨੂੰ, ਜਿਵੇਂ ਹੁਣ ਅਸੀਂ ਰਿਐਕਸ਼ਨ ਦੇਖ ਰਹੇ ਹਾਂ ਇਸ ਦੇ ਉੱਤੇ। ਔਰ ਇਹਦੇ 'ਚ ਜਿਹੜਾ ਕੈਨੇਡਾ ਦਾ ਮੇਨ ਸਟ੍ਰੀਮ ਮੀਡੀਆ ਵੀ ਇਹਦਾ ਪਾਰਟਨਰ ਹੈ ਕਿ ਉਹ ਕਿਸ ਤਰ੍ਹਾਂ ਇੱਕ ਨੈਰੇਟਿਵ ਕ੍ਰੀਏਟ ਕੀਤਾ ਜਾਂਦਾ। ਹੁਣ ਜਿਹੜੇ ਕੈਨੇਡੀਅਨ ਚੈਂਬਰ ਆਫ ਕਾਮਰਸ, ਉਹਨਾਂ ਦਾ ਰਿਐਕਸ਼ਨ ਦੇਖੋ, ਉਹ ਕਹਿੰਦੇ ਜੀ ਬੜਾ ਡਿਸਅਪੋਇੰਟਿੰਗ ਹੈ ਪੂਰੇ ਕੰਟਰੀ 'ਚ ਬਿਜ਼ਨਸਿਸ ਵਾਸਤੇ, ਅਤੇ ਇਹ ਜਿਹੜੀਆਂ ਐਬਰਪਟ ਚੇਂਜਸ ਕੀਤੀਆਂ ਗਈਆਂ ਇਹ ਬਿਜ਼ਨਸਿਸ ਦਾ ਨੁਕਸਾਨ ਕਰਨਗੀਆਂ। ਫਿਰ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸਿਸ, ਇਹਨਾਂ ਨੇ ਕਿਹਾ ਜੀ ਇਹ ਜਿਹੜੇ ਡਰਮੈਟਿਕ ਕੱਟ ਨੇ ਇਹ ਬਿਜ਼ਨਸਿਸ ਨੂੰ ਹਰਟ ਕਰਨਗੇ, ਅਤੇ ਕਿਉਂਕਿ ਹਜ਼ਾਰਾਂ ਜੋਬ ਵੈਕੈਂਸੀਜ਼ ਪਈਆਂ ਨੇ। ਇਹਦੇ ਬਾਰੇ ਟੋਰੋਂਟੋ ਸਟਾਰ ਦੇ ਜਿਹੜੀ ਖਬਰ ਲੱਗੀ ਉਹਦਾ ਹੈਡਿੰਗ ਸੀਗਾ ਵਾਈਡ ਸਪਰੈਡ ਕ੍ਰਿਟੀਸਿਜ਼ਮ। ਸਰਕਾਰ ਨੇ ਫੈਸਲਾ ਲਿਆ ਪਰ ਉਹਦੀ ਵਾਈਡ ਸਪਰੈਡ ਕ੍ਰਿਟੀਸਿਜ਼ਮ ਹੋ ਰਹੀ ਹੈ। ਕੌਣ ਕਰ ਰਿਹਾ ਕ੍ਰਿਟੀਸਿਜ਼ਮ? ਚੈਂਬਰ ਆਫ ਕਾਮਰਸ, ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸਿਸ, ਇਮੀਗ੍ਰੈਂਟ ਜਿਹੜੇ ਕੰਸਲਟੈਂਟ ਨੇ ਉਹਨਾਂ ਦੀ ਬੋਡੀ, ਇਮੀਗ੍ਰੈਂਟ ਜਿਹੜੇ ਇਮੀਗ੍ਰੇਸ਼ਨ ਕਰਨ ਵਾਲੇ ਲਾਇਰਸ ਦੀ ਬੋਡੀ, ਅਤੇ ਕਾਲਜਸ, ਯੂਨੀਵਰਸਿਟੀ ਦੇ ਗਰੁੱਪ ਅਤੇ ਹੋਰ ਲੋਕ ਜਿਹੜੇ ਇਹ ਸਾਰੀ ਵਗਦੀ ਗੰਗਾ ਛੱਤ ਧੋ ਰਹੇ ਸੀ, ਜਿਹੜੇ ਨਾ ਸਿਰਫ ਚੀਪ ਲੇਬਰ ਦੀ ਵੀ ਗੱਲ ਨਹੀਂ, ਚੀਪ ਲੇਬਰ ਤੋਂ ਅੱਗੇ LMIA ਵੇਚਣ ਦਾ ਜਿਹੜਾ ਧੰਦਾ ਚੱਲ ਰਿਹਾ ਸੀ। ਤੁਸੀਂ ਅੱਜ LMIA ਵੇਚਣ ਅਤੇ LMI 'ਤੇ ਕੰਪਲੀਟ ਬੈਨ ਕਰ ਦਿਓ ਕਿ LMI ਹੈ ਹੀ ਨਹੀਂ, ਅਤੇ ਫਿਰ ਇਹੀ ਬਿਜ਼ਨਸਿਸ, ਫਿਰ ਇਹਨਾਂ ਨੂੰ ਕਿਹੜਾ ਫਿਕਰ ਹੁੰਦਾ ਕੈਨੇਡੀਅਨ ਦਾ, ਉਦੋਂ ਇਹਨਾਂ ਦਾ ਓਪੀਨੀਅਨ ਪਤਾ ਲੱਗੇਗਾ। ਸੋ ਇਹ ਸਾਰਾ ਕੁਛ ਇਸ ਤਰ੍ਹਾਂ, ਇਹ ਜਿਹੜੀਆਂ ਲੌਬੀਜ਼ ਨੇ, ਲੱਗਦਾ ਕਿ ਜੀ ਇਹ ਉਹਨਾਂ ਦੇ ਇਨਫਲੂਐਂਸੇਟ ਫੈਸਲੇ ਇੱਥੇ ਲਏ ਜਾਂਦੇ ਨੇ। ਅਤੇ ਜਿਹੜਾ ਮੀਡੀਆ, ਇਹਦੇ 'ਚ ਹੁਣ ਸਿਸਟਮ ਕੀ ਹੈ ਇਸ ਕੰਟਰੀ 'ਚ ਕਿ ਜਿਹੜੀਆਂ ਟ੍ਰੇਡ ਯੂਨੀਅਨਸ ਨੇ, ਹੋਰ ਗਰੁੱਪ ਨੇ, ਇਹ ਜਿਹੜੀਆਂ ਸਰਵੇ ਕਰਨ ਵਾਲੀਆਂ ਏਜੰਸੀਜ਼ ਨੇ ਉਹਨਾਂ ਤੋਂ ਕਮਿਸ਼ਨ ਸਰਵੇ ਕਰਾ ਲਓ ਕਿਸੇ ਚੀਜ਼ ਬਾਰੇ, ਫਿਰ ਉਹ ਕੈਨੇਡੀਅਨ ਪ੍ਰੈਸ ਨੂੰ ਦੇ ਦਿਓ ਜਾਂ ਕਿਸੇ ਤੁਸੀਂ ਮੇਨ ਸਟ੍ਰੀਮ ਅਖਬਾਰ 'ਚ ਪਵਾ ਦਿਓ, ਮੀਡੀਆ ਨੂੰ ਰਿਲੀਜ਼ ਕਰ ਦਿਓ, ਉਹ ਛਪ ਜਾਏਗਾ ਅਤੇ ਪੋਲੀਟੀਸ਼ੀਅਨਾਂ ਦੇ ਜਿਹੜੇ ਡਿਸੀਜਨ ਮੇਕਿੰਗ ਹੈ ਉਹਨੂੰ ਇਨਫਲੂਐਂਸ ਕਰਨ ਵਾਸਤੇ ਇਸ ਕਿਸਮ ਦਾ ਕੰਮ ਕੀਤਾ ਜਾਂਦਾ। ਇਹ ਚਾਹੇ ਡਾਕਟਰਸ ਦੀਆਂ ਲੌਬੀਜ਼ ਨੇ ਜਾਂ ਜਿਹੜੇ ਇੰਡਸਟਰੀ ਗਰੁੱਪ ਨੇ, ਫਾਰਮਾਸਿਊਟੀਕਲ ਇੰਡਸਟਰੀ ਜਾਂ ਹੋਰ, ਉਹ ਸਾਰੇ ਕਿਸ ਤਰ੍ਹਾਂ ਇੱਕ ਓਪੀਨੀਅਨ ਕ੍ਰੀਏਟ ਕਰਦੇ ਨੇ, ਔਰ ਗੈਪ ਕਿੱਥੋਂ ਨਜ਼ਰ ਆਉਂਦਾ ਕਿ ਜਿਹੜੇ ਆਮ ਲੋਕ ਨੇ, ਆਮ ਲੋਕ ਕੁਛ ਹੋਰ ਸੋਚਦੇ ਨੇ, ਉਹਨਾਂ ਦੀ ਆਵਾਜ਼ ਬਾਹਰ ਨਹੀਂ ਜਾਂਦੀ, ਅਤੇ ਜੋ ਆਵਾਜ਼ ਜਾਂਦੀ ਉਹ ਸਾਰੀ ਦੀ ਸਾਰੀ ਇਹ ਜਿਹੜੇ ਲੌਬਿੰਗ ਕਰਨ ਵਾਲੇ ਜਾਂ ਬਿਜ਼ਨਸ ਇੰਟਰਸਟ ਗਰੁੱਪ ਨੇ, ਇਹੀ ਲੋਕ ਜਾ ਕੇ MPs ਨੂੰ ਮਿਲਦੇ ਨੇ, ਕਿਉਂਕਿ ਆਮ ਬੰਦੇ ਦੀ ਕੋਈ ਔਰਗਨਾਈਜੇਸ਼ਨ ਨਹੀਂ ਹੈ। ਹੋਰ ਅਤੇ ਹੋਰ ਕਈ ਐਸੀਆਂ ਫੇਕ ਔਰਗਨਾਈਜੇਸ਼ਨ ਬਣੀਆਂ ਹੋਈਆਂ ਨੇ ਜਿਹੜੇ ਅਲੱਗ ਅਲੱਗ ਗਰੁੱਪਾਂ ਨੂੰ, ਜਿਵੇਂ ਫੋਰ ਇਗਜ਼ਾਮਪਲ ਇਮੀਗ੍ਰੈਂਟਸ ਨੂੰ ਰਿਪ੍ਰਜੈਂਟ ਕਰਨ ਵਾਲੀਆਂ ਔਰਗਨਾਈਜੇਸ਼ਨ ਬਣੀ। ਇਮੀਗ੍ਰੈਂਟਸ ਦੀ ਭਲਾ ਕਿਹੜੀ ਔਰਗਨਾਈਜੇਸ਼ਨ ਹੈ? ਕੋਈ ਇਮੀਗ੍ਰੈਂਟ ਗਰੁੱਪ, ਕੋਈ ਇਮੀਗ੍ਰੈਂਟ ਇੰਟਰਸਟ ਗਰੁੱਪ ਜਾਂ ਕੋਈ ਵੀ ਤੁਸੀਂ ਇਹੋ ਜਿਹਾ ਰੱਖ ਸਕਦੇ ਹੋ, ਹੋ ਸਕਦਾ ਉਹ ਤੁਸੀਂ ਇਹਦੇ 'ਚ ਇੱਕ ਸਾਡੇ ਬਹੁਤ ਵੱਡਾ ਰੋਲ ਕਰਦਾ ਨੋਟ ਫੋਰ ਪ੍ਰੋਫਿਟ ਸੈਕਟਰ, ਜਿਹੜੇ ਟੈਕਸ ਪੇਅਰ ਦਾ ਪੈਸਾ ਖਾਂਦੇ ਨੇ, ਉਹਨਾਂ ਦਾ ਇੰਟਰਸਟ ਕੋਈ ਪ੍ਰੋਬਲਮ ਸੋਲਵ ਕਰਨਾ ਨਹੀਂ, ਉਹਨਾਂ ਦਾ ਗੋਲ ਡੋਮੈਸਟਿਕ ਵਾਇਲੈਂਸ ਨੂੰ ਖਤਮ ਕਰਨਾ ਨਹੀਂ ਹੈ, ਉਹਨਾਂ ਦਾ ਗੋਲ ਸਟੂਡੈਂਟਸ ਦੀ ਐਕਸਪਲੋਇਟੇਸ਼ਨ ਨੂੰ ਖਤਮ ਕਰਨਾ ਨਹੀਂ ਹੈ, ਉਹਨਾਂ ਦਾ ਮਕਸਦ ਡਰੱਗ ਅਬਿਊਜ਼ ਨੂੰ ਖਤਮ ਕਰਨਾ ਨਹੀਂ ਹੈ, ਬਲਕਿ ਇਹ ਪ੍ਰੋਬਲਮ ਚੱਲਣ ਅਤੇ ਇਹਨਾਂ ਨੂੰ ਠੀਕ ਕਰਨ ਦੇ ਨਾਂ ਦੇ ਉੱਤੇ ਉਹ ਫੰਡਿੰਗ ਲੈਣ ਅਤੇ ਅਲੱਗ ਅਲੱਗ ਗਵਰਨਮੈਂਟ ਦੀਆਂ ਫੰਡਿੰਗ ਦੇ ਸਿਰ ਦੇ ਉੱਤੇ ਉਹਨਾਂ ਦੀਆਂ ਦੁਕਾਨਾਂ ਚੱਲਣ, ਅਤੇ ਫਿਰ ਪੋਲੀਟੀਸ਼ੀਅਨ ਦਾ ਨੈਕਸਸ ਹੈ ਆਪਣੇ ਦੋਸਤਾਂ ਨੂੰ, ਉਹਨਾਂ ਦੀਆਂ ਜਿਹੜੀਆਂ
ਨੋਟ ਫੋਰ ਪ੍ਰੋਫਿਟ ਔਰਗਨਾਈਜੇਸ਼ਨ ਨੇ ਉਹਨਾਂ ਨੂੰ ਫੰਡਿੰਗ ਅਨਾਊਂਸਮੈਂਟ ਕਰੋ, ਆਪਣੇ ਦੋਸਤ ਬਿਜ਼ਨਸ ਨੂੰ ਫੰਡਿੰਗ ਅਨਾਊਂਸਮੈਂਟ ਕਰੋ। ਇਹ ਜਿਹੜਾ ਨੈਕਸਸ ਚੱਲ ਰਿਹਾ ਇਹਨੇ ਸਾਰੇ ਕਾਸੇ 'ਤੇ ਕਬਜ਼ਾ ਪਾਇਆ ਹੋਇਆ, ਅਤੇ ਇਸ ਕਰਕੇ ਇਹ ਬਿਜ਼ਨਸ ਗਰੁੱਪਸ ਦਾ ਰਿਐਕਸ਼ਨ ਹੈ। ਇਹ ਜਿਹੜਾ ਮੇਨ ਸਟ੍ਰੀਮ ਅਖਬਾਰਾਂ 'ਚ ਛਪਿਆ, ਸਾਡੀ ਕਮਿਊਨਿਟੀ 'ਚ ਆਮ ਬੰਦੇ ਦਾ, ਇੱਕ ਸਧਾਰਨ ਇਨਸਾਨ ਦਾ ਕੀ ਰਿਐਕਸ਼ਨ ਹੈ? ਥੋੜ੍ਹੀ ਜਿਹੀ ਸਪੇਸ ਉਹਨੂੰ ਵੀ ਮਿਲਣੀ ਚਾਹੀਦੀ ਹੈ। ਪਹਿਲੀ ਕਾਲ ਹੈਗੀ ਹੈ ਗੁਰਿੰਦਰ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਇਹ ਆਉਂਦੀ ਵਾਲੀ ਨਹੀਂ ਹੈ ਨਾ, ਜਿਹੜੇ ਤੁਸੀਂ ਕਿਹਾ ਨੰਬਰ ਦੇ, ਪਹਿਲੀ ਗੱਲ ਤੇ ਬਹੁਤ ਕੋਈ ਚੇਂਜ ਆਈ ਨੀਗੀ, ਇਹ ਮੇਰੇ ਖਿਆਲ ਅਰਾਊਂਡ 385 ਦੇ ਕਰੀਬ ਨੰਬਰ ਲੈ ਕੇ ਆਉਣਾ ਆ। ਇਹ ਕੋਈ ਬਹੁਤ ਤਗੜੀ ਚੇਂਜ ਤਾਂ ਹੈ ਨੀ, ਪਹਿਲਾਂ ਬਹੁਤ ਜ਼ਿਆਦਾ ਅਗਰੈਸਿਵ ਤੇ ਬਹੁਤ ਹਾਈਲੀ ਇਨਫਲੇਟਡ ਜਿਹੜੇ ਨੇ 5 ਲੱਖ, ਉਹ ਤਾਂ ਸਿਰਫ ਇਹ ਕਹਿੰਦੇ ਸੀ ਨਾ 500,000, ਉਹ ਤੋਂ ਇਲਾਵਾ TFW ਤੇ ਹੋਰ ਰੈਫਿਊਜੀ ਤੇ ਹੋਰ ਜਿਹੜੇ ਵੀ ਆ ਰਹੇ ਸੀ, ਉਹ ਤਾਂ ਨੰਬਰ, ਪਹਿਲੀ ਗੱਲ ਆਪਾਂ ਨੂੰ ਬੇਸ ਇਹ ਯਾਦ ਰੱਖਣਾ ਚਾਹੀਦਾ ਸਾਰਿਆਂ ਨੂੰ। ਤੁਸੀਂ ਵੀ ਗੱਲ ਬਹੁਤ ਵਾਰੀ ਕੀਤੀ ਕਿ ਨੰਬਰ ਤਾਂ ਕੋਈ ਸੀਗਾ ਹੀ ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਗਾ ਨੰਬਰ ਕੀ ਆ, ਠੀਕ ਹੈ। ਕਿੰਨੇ ਆ ਰਹੇ ਸੀਗੇ ਲੋਕ ਨਿਊ ਰੈਜੀਡੈਂਟਸ ਨਾਲ, ਉਹ ਅਲੱਗ ਅਲੱਗ ਕੈਟੇਗਰੀ ਤੇ ਐਸਟੀਮੇਟ 1 ਮਿਲੀਅਨ ਤੋਂ ਵੀ ਉੱਪਰ ਜਾਂਦਾ। ਉਹ ਤਾਂ ਇੱਕ ਨੰਬਰ ਦਿੱਤਾ ਸੀ ਕਿ ਅਸੀਂ ਇੰਨੇ ਲਿਆ ਵਾ ਜਿਹੜੇ ਕਰਦੇ ਹਾਂ, ਉਹ ਸਿਰਫ ਇੱਕ ਫੇਕ ਨੰਬਰ, ਉਹਨੂੰ ਵੀ ਘਟਾ ਕੇ ਜਿਹੜਾ ਕੀਤਾ, ਉਹ ਕੋਈ ਬਹੁਤਾ ਫਰਕ ਨਹੀਂ ਪਿਆ ਹੈਗਾ। ਦੂਜੀ ਅਲੱਗ ਵੱਡੀ ਗੱਲ ਆ ਕਿ ਜੇ ਇਹਨਾਂ ਨੇ, ਮੈਂ ਕੱਲ ਵੀ ਕਮੈਂਟ ਕੀਤਾ ਸੀਗਾ ਕਿ ਇਹ ਜਿਹੜਾ ਰਿਐਕਸ਼ਨ ਆ, ਠੀਕ ਆ ਪਾਰਟੀ ਇਨ ਪਾਵਰ, ਲਿਬਰਲ ਤਾਂ ਹੈਗੀ ਆ ਪਾਰਟੀ ਇਨ ਪਾਵਰ, ਪਰ ਇਹ ਉਹਨਾਂ ਦਾ ਕੋਈ ਗਵਰਨਮੈਂਟ ਦੀ ਪਾਲਿਸੀ ਤਾਂ ਕਿਸੇ ਪਾਸੇ ਲੱਗਦੀ ਨਹੀਂ, ਨਾ ਕੋਈ ਡਿਬੇਟ ਹੋਈ ਆ, ਨਾ ਕੋਈ ਗਵਰਨਮੈਂਟ ਨੇ ਕਿ ਉਹਦੇ ਕੋਈ ਸਟੈਟ ਕੱਢੇ ਆ ਕਿ ਲੱਗਦਾ ਸਾਨੂੰ ਇੰਨੇ ਵਰਕਰ ਚਾਹੀਦੇ ਸੀ ਤੇ ਇੰਨੇ ਹੁਣ ਘਟਾ ਦਈਏ, ਇਕਨੋਮੀ ਨੂੰ ਇੰਨਿਆਂ ਦੀ ਲੋੜ ਆ ਇੰਨੇ ਘਟਾ ਦਈਏ, ਉਹ ਨਹੀਂ ਹੈ। ਇਹ ਤਾਂ ਟਰੂਡੋ ਦੇ ਉਹ ਜਿਹੜੇ ਪਿੱਛੇ ਪਏ ਬਈ ਤੀ, ਜਿਹਨਾਂ ਨੇ ਮਾੜੀ ਹਿੰਮਤ ਹੈਗੀ ਆ, ਉਹ ਪਿੱਛੇ ਪਏ ਸੀ, ਉਹਨਾਂ ਨੇ ਜਾਂ ਕਾਲ ਕੀਤਾ ਤੇ ਕਿ ਐਮਰਜੈਂਸੀ, ਉਹਨਾਂ ਨੇ ਕਿਹਾ ਕਿ ਤੂੰ ਹਫ਼ਤਾ ਕੁ ਲੈਣਾ ਸੋਚਣ ਲਈ, 28 ਤੱਕ ਦਾ ਗਿਆ ਵੀ ਸੋਚ ਲਾ, ਉਹਨੇ ਇੱਕ 12-20 ਘੰਟੇ ਦੇ ਵਿੱਚ ਸੋਚ ਕੇ ਐਮਰਜੈਂਸੀ ਮੀਟਿੰਗ ਬੁਲਾ ਕੇ ਕਹਿਤਾ ਕਿ ਮੈਨੂੰ ਸਭ ਪਤਾ ਲੱਗਿਆ ਨਾ, ਤੇ ਉਹ ਚੋਂ ਇਹ ਨਿਕਲੀ ਇੱਕ ਪਾਲਿਸੀ ਆ। ਇਹ ਕਿੱਥੋਂ ਤੱਕ ਦੀ ਕੋਈ ਸੋਚੀ ਸਮਝੀ ਹੋ ਸਕਦੀ? ਸਿਰਫ ਇਹ ਉਹੀ ਗੱਲ ਆ ਕਿ ਪਾਗਲ ਬਣਾਉਣ ਨੂੰ ਹੈਗੇ ਜਿਹੜੇ ਨੰਬਰ ਦੇ ਨਾਲ ਲੋਕ ਹੈ, ਉਸ ਕਰਕੇ ਆ ਇਹ ਫਿਰ ਇੱਕ ਪਾਗਲ ਬਣਾਉਣ ਨੂੰ ਇੱਕ ਨੰਬਰ ਹੈਗਾ ਆ। ਤੇ ਜਿਹੜਾ ਕਿ ਤੁਸੀਂ ਕਿਹਾ ਕਿ ਇੰਟਰਸਟ ਗਰੁੱਪਸ ਜਿਹੜੇ ਉਹਨਾਂ ਨੂੰ ਵੀ ਸੈਟਿਸਫਾਈ ਕਰਨ ਦੀ ਲੋੜ ਆ ਕਿ ਅਸੀਂ ਇੰਨੇ ਘਟਾ ਦਿੱਤੇ ਆ, ਪਰ ਕੈਨੇਡੀਅਨ ਇਕਨੋਮੀ ਦਾ ਜੋ ਹਾਲ ਆ ਉਹ ਸਾਰਿਆਂ ਨੂੰ ਦਿਸਦਾ ਪਿਆ, ਉਹਦੇ ਤੇ ਕਿਸੇ ਨੂੰ ਵੀ ਅੰਦਰ ਕੋਈ ਬਹੁਤਾ ਕੋਈ ਇੰਟਰਸਟ ਗਰੁੱਪਸ ਤੋਂ ਸੋਣ ਦੀ ਲੋੜ ਨਹੀਂ ਹੈਗੀ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਅੱਗੇ ਨੇ ਜੀ ਸੰਦੀਪ। ਹਾਂਜੀ ਸੰਦੀਪ ਜੀ। ਹਾਂਜੀ ਸੁਮੇਲ ਜੀ, ਮੇਰਾ ਸਰ ਇਹ ਪੁਆਇੰਟ ਆਫ ਵਿਊ ਇਹ ਆ, ਦੇਖੋ ਚਲੋ ਇਮੀਗ੍ਰੇਸ਼ਨ ਤਾਂ ਮੈਂ ਆਪ ਇਮੀਗ੍ਰੈਂਟ, ਸਾਰੇ ਆਪਾਂ ਇਮੀਗ੍ਰੈਂਟ ਹਨਾ ਜਿਹੜੇ ਆ ਚੁੱਕੇ। ਮੇਰਾ ਪੁਆਇੰਟ ਵਿਊ ਆ ਵੀ ਜਿਹੜਾ ਉਧਰੋਂ ਬਾਹਰੋਂ ਲਿਆਉਣ ਵਾਲਾ ਨੰਬਰ ਕਾਫੀ ਕੱਟ ਡਾਊਨ ਕਰਨਾ ਚਾਹੀਦਾ, ਜਿਹੜੇ ਆ ਚੁੱਕੇ ਉਹਨਾਂ ਨੂੰ ਤਾਂ ਪੀਆਰ ਕਰੋ, ਕਿਉਂਕਿ ਅਗਰ ਸਰ ਇਹ ਪੀਆਰ ਨਹੀਂ ਹੋਣਗੇ ਤੇ ਸਰ ਕ੍ਰਾਈਮ ਵੀ ਵਧੇਗਾ, ਜਿੰਨੀ ਐਕਸਪੋਰਟੇਸ਼ਨ ਆ ਇਹ ਸਗੋਂ ਦੁੱਗਣੀ ਹੋਣੀ ਆ, ਦੁੱਗਣੀ ਛੱਡੋ ਕਈ ਫੋਲਡ ਵਧਣੀ ਆ। ਜਿਹੜੇ ਆ ਚੁੱਕੇ ਇਹਨਾਂ ਨੂੰ, ਇਹਨਾਂ ਲਈ ਤਾਂ ਰਿਲੀਫ ਕਰੋ, ਇਹਨਾਂ ਨੂੰ ਤੁਸੀਂ ਪੂਰੇ ਰਾਈਟ ਦੇ ਦੋਗੇ ਤੇ ਸਰ ਜਿਹੜੀ ਜੋਬ ਮਾਰਕੀਟ ਦੇ ਵਿੱਚ ਜਿਹੜੀ ਐਕਸਪਲੋਟੇਸ਼ਨ ਉਹ ਘਟੇਗੀ। ਤੁਸੀਂ ਨਵੇਂ ਨਾ ਲਿਆਓ, ਘੱਟੋ ਘੱਟ 2 ਸਾਲ ਨਾ ਲਿਆਓ ਜਾਂ 3 ਸਾਲ ਨਾ ਲਿਆਓ, ਜਿੰਨੀ ਦੇਰ ਹਾਲੇ ਜਿਹੜੇ ਆਏ ਹੋਏ ਨੇ ਉਹਨਾਂ ਨੂੰ ਤੁਸੀਂ ਅਕੋਮੋਡੇਟ ਨਹੀਂ ਕਰਦੇ ਕਿਤੇ। ਸਰ ਆਪਾਂ ਆਸਟ੍ਰੇਲੀਆ ਦਾ ਮਾਡਲ ਦੇਖ ਸਕਦੇ ਹਾਂ, ਆਸਟ੍ਰੇਲੀਆ ਨੇ ਇਮੀਗ੍ਰੇਸ਼ਨ ਬੰਦ ਥੋੜੀ ਕੀਤੀ, ਅੱਜ ਵੀ ਜਾ ਰਿਹਾ ਉੱਥੇ, ਪਰ ਬੜਾ ਹੀ ਸਿਲੈਕਟਡ ਐਂਡ ਸਕਰੀਨਡ ਇਮੀਗ੍ਰੈਂਟ ਜਾ ਰਿਹਾ ਉੱਥੇ, ਰਾਈਟ। ਤੇ ਉਹ ਮਾਡਲ ਲੈ ਕੇ ਆ ਸਕਦੇ ਆ, ਮਤਲਬ ਇਮੀਗ੍ਰੇਸ਼ਨ ਪਤਾ ਆਪਾਂ ਨੂੰ, ਇਮੀਗ੍ਰੇਸ਼ਨ ਤੋਂ ਬਗੈਰ ਆਪਾਂ ਸਰਵਾਈਵ ਵੀ ਨਹੀਂ ਕਰ ਸਕਦੇ, ਇਹ ਵੀ ਜ਼ਰੂਰੀ ਆ। ਐਂਡ ਇੰਨੀ ਇਮੀਗ੍ਰੇਸ਼ਨ ਦਾ ਜੋ ਹਾਲ ਹੋਇਆ ਉਹ ਆਪਾਂ ਰਿਜ਼ਲਟ ਵੀ ਦੇਖ ਲਿਆ, ਤੇ ਇਹ ਵੀ ਸਾਨੂੰ ਪਤਾ ਵੀ ਜੇ ਇਹ ਬੰਦੇ ਜਿਹੜੇ ਆਪਣੇ ਦੇਸ਼ ਦੇ ਵਿੱਚ ਆਲਰੇਡੀ ਜਿਹੜਾ ਹੁਣ ਕੁਈਨ ਤੇ ਧਰਨ ਲਾ ਕੇ ਬੈਠੇ ਆ, ਉਹ ਬੰਦੇ ਸਰ ਕੱਲ ਨੂੰ ਜਦੋਂ ਰੋਟੀ ਦੇ ਵਾਂਦੇ ਆ ਗਏ, ਰਹਿਣ ਦੇ ਵਾਂਦੇ ਆ ਗਏ, ਉਹਨਾਂ ਨੂੰ ਜੋ ਵੀ ਕਹੋਗੇ ਉਹਨਾਂ ਨੇ ਕਰਨਗੇ ਸਰ, ਇਹ ਸੱਚਾਈ ਆ। ਤੇ ਸਰ ਜਦੋਂ ਜਿਹੜੇ ਬੰਦੇ ਆਲਰੇਡੀ ਦੇਸ਼ 'ਚ ਆ, ਅਗਰ ਉਹਨਾਂ ਨੂੰ ਪੂਰੇ ਰਾਈਟਸ ਦਿੱਤੇ ਜਾਣਗੇ ਤੇ ਸਾਡੀ ਸੁਸਾਇਟੀ ਬੈਟਰ ਹੋਏਗੀ, ਇਹਦੇ ਸਰ ਲਾਰਾ ਹੋਰ ਵਧਣਾ ਜੇ। ਥੈਂਕ ਯੂ ਸਰ। ਸਹੀ ਗੱਲ ਹੈ ਜੀ, ਬਹੁਤ ਸਹੀ ਗੱਲ ਹੈ ਤੁਹਾਡੀ। ਤੇ ਰਵਿੰਦਰ ਜੀ ਤੁਹਾਡਾ ਕੀ ਖਿਆਲ ਹੈ? ਹਾਂਜੀ ਗੁੱਡ ਮਾਰਨਿੰਗ ਜੀ ਜਮੀਰ ਜੀ। ਗੁੱਡ ਮਾਰਨਿੰਗ ਜੀ। ਬਾਕੀ ਜਿੱਦਾਂ ਤੁਸੀਂ ਗੱਲ ਕਰਦੇ ਹੁੰਦੇ ਆ, ਮੇਨ ਗੱਲ ਤਾਂ ਆ ਜਾਂਦੀ ਹੈ ਗਰੀਡ ਦੀ। ਹਾਂਜੀ, ਮਤਲਬ ਪੈਸਾ ਹਰੇਕ ਨੂੰ ਚਾਹੀਦਾ ਤੇ ਪੈਸੇ ਦੇ ਚੱਕਰ ਵਿੱਚ ਫਿਰ ਸਾਰੇ ਹੀ ਏਦਾਂ ਹੀ ਕਰੀ ਜਾਂਦੇ ਆ। ਹੁਣ ਆ ਜਿਹੜਾ ਮੀਡੀਆ ਹੀ ਲਾ ਲਓ, ਤੁਹਾਡਾ ਮੀਡੀਆ ਆ, ਇਹ ਨੈਰੇਟਿਵ ਸੈੱਟ ਕਰਨ ਦੇ ਵਿੱਚ ਕੰਮ ਬੜਾ ਕਰਦਾ, ਤੇ ਹੁਣ ਇਹ ਨੈਰੇਟਿਵ ਸੈੱਟ ਕਰ ਦਿੰਦਾ ਹੈ ਮੀਡੀਆ, ਹੁਣ ਇਹਦੇ ਕਾਹਦੇ ਕਹਿੰਦਾ ਤੁਸੀਂ, ਇਹ ਵੀ ਮੀਡੀਆ ਵੀ ਤਾਂ ਕਰਦਾ ਹੀ ਆ ਨਾ। ਹਾਂਜੀ, ਮੀਡੀਆ ਕਿਹੜਾ ਘੱਟ ਹੈ, ਵੀ ਵਿੱਚ ਹੀ ਆ ਸ਼ਾਮਲ ਹੀ ਹੁੰਦਾ। ਹਾਂਜੀ, ਹੁਣ ਮੰਨ ਲਓ ਇੱਥੇ ਪੰਜਾਬ ਦੇ ਖਿਲਾਫ ਬੜਾ ਤਕੜਾ ਨੈਰੇਟਿਵ ਖੜਾ ਕੀਤਾ ਹੈ, ਜਦਕਿ ਦੋ ਹੀ ਤਾਂ ਕੌਮਾਂ ਆ ਇੰਡੀਆ ਦੇ ਵਿੱਚ ਜਿਹੜੀਆਂ ਖੜ ਸਕਦੀਆਂ ਤੇ ਲੜ ਸਕਦੀਆਂ, ਉਹ ਹੈਗੀਆਂ ਪੰਜਾਬੀ ਆ ਤੇ ਬੰਗਾਲੀ। ਬਾਕੀ ਹੈ ਕੀ ਆ ਉੱਥੇ, ਇਹਨਾਂ ਨੂੰ ਬੰਗਾਲ ਕਰ ਦੋ, ਪੰਜਾਬ ਕਰ ਦੋ, ਉੱਥੇ ਹੈ ਕੀ ਆ ਹੋਰ?
ਇਹ ਤਾਂ ਚਲੋ ਖੈਰ ਤੁਹਾਡੇ ਵਿਚਾਰ ਨੇ, ਇਹਨਾਂ ਬਾਰੇ ਕਿਸੇ ਵੇਲੇ ਕਰ ਲਾਂਗੇ, ਪਰ ਜਿਹੜਾ ਆਪਾਂ ਅੱਜ ਕਰ ਰਹੇ ਹਾਂ ਇਮੀਗ੍ਰੇਸ਼ਨ ਵਾਲੀ ਅਨਾਊਂਸਮੈਂਟ ਪ੍ਰਾਈਮ ਮਿਨਿਸਟਰ ਦੀ, ਇਮੀਗ੍ਰੇਸ਼ਨ ਦਾ ਇਹ ਆ 1% ਬਿਨਾਂ ਤਾਂ ਇਹ 1% ਤਾਂ ਜ਼ਰੂਰੀ ਆ, ਇੱਥੇ ਇੰਨੀ ਜ਼ਮੀਨ ਆ, ਮਤਲਬ ਬੰਦੇ ਸਾਰਾ 4 crore ਕੁਝ ਵੀ ਨਹੀਂ ਹੈਗਾ, ਤੇ ਇਹਨਾਂ ਨੂੰ 1% ਤੋਂ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ ਹੈ। ਉਹ ਥੋੜ੍ਹਾ ਜੇ ਗੱਲ ਪੁਆਇੰਟ ਹੈਗਾ ਤਾਂ ਸਿਰਫ ਇਹ ਆ ਵੀ ਨਹੀਂ 1% ਤੋਂ ਥੋੜ੍ਹਾ ਜ਼ਿਆਦਾ ਕਰ ਲਿਆ, ਉਹ ਅਸਲ ਵਿੱਚ ਇਹਨਾਂ ਦੀ ਗਲਤੀ ਆ। ਨਹੀਂ ਤਾਂ 1% ਦਾ ਜਿੰਨੀ ਟੋਟਲ ਵਾਦੀ ਦਾ ਉਹ 4 lakh ਬਣਦਾ, 4 lakh ਤਾਂ ਲਿਆਉਣਾ ਬਣਦਾ ਹੀ ਬਣਦਾ ਹਰੇਕ ਦਾ, ਉਹਦੋਂ ਬਿਨਾਂ ਇਕੋਨਮੀ ਨੀ ਚੱਲਦੀ ਹੈ, ਇਕੋਨਮੀ ਚੱਲਦੀ ਇਮੀਗ੍ਰੈਂਟ ਨਾਲ, ਤੇ ਕੰਟਰੀ ਉਹ ਇਮੀਗ੍ਰੈਂਟ ਦਿਆ ਹੈ, ਇਹਦੇ ਚ ਕੀ ਪ੍ਰੋਬਲਮ ਹੈ? ਹਾਂਜੀ, ਥੈਂਕ ਯੂ ਰਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਅੱਗੇ ਨੇ ਜੀ ਕੁਲਬੀਰ। ਹਾਂਜੀ ਕੁਲਬੀਰ ਜੀ, ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਇਹ ਜਿਹੜਾ ਬਿਆਨ ਹੈ ਨਾ, ਇਹ ਲੋਕਾਂ ਦੇ ਫਾਇਦੇ ਵਾਸਤੇ ਨਹੀਂ, ਇਹ ਤਾਂ ਕੁਰਸੀ ਦੇ ਲਾਲਚ ਚ ਨਿਕਲਿਆ। ਤੇ ਜਦੋਂ ਨੂੰ ਨਾਲੇ ਇਹਨੂੰ ਇੰਪਲੀਮੈਂਟ ਕਰਨਗੇ ਉਦੋਂ ਤਾਂ ਵੋਟਾਂ ਆ ਜਾਣੀਆਂ, 11 months ਤਾਂ ਰਹਿ ਗਏ, ਇਹ ਇੰਪਲੀਮੈਂਟ ਕਦੋਂ ਹੋਣਾ ਇਹ? ਪਰ ਹੈਰਾਨੀ ਦੀ ਗੱਲ ਤੇ ਹੈ ਜੀ, 1000 ਜੋਬਸ ਖਾਲੀ ਪਈਆਂ, ਮੈਨੂੰ ਨੀ ਪਤਾ ਕਿਹੜੇ ਪਾਸੇ ਖਾਲੀ ਪਈਆਂ ਜੀ ਜੋਬਸ, ਅੱਜ ਤਾਈਂ ਸਮਝ ਨੀ ਆਈ। ਮੇਰੀ ਗੁੜੀਆ ਨੂੰ ਤਾਂ 6 months ਕੋਲ ਪਾਰਟ ਟਾਈਮ ਜੋਬ ਵੀ ਨਹੀਂ ਮਿਲੀ ਜੀ ਹਾਲ ਤਾਈਂ। ਮੈਂ ਤੁਹਾਨੂੰ ਮੈਸੇਜ ਪਾਇਆ ਬਾਹਲੀ ਦੂਰ ਕੀ ਜਾਣਾ, ਜਿਹੜੀ ਕੰਪਨੀ 'ਚ ਮੈਂ ਟਰੱਕ ਚਲਾਉਣਾ ਉਹਨਾਂ ਕੋਲ ਵੈਕੈਂਸੀਆਂ ਖਾਲੀ ਪਈਆਂ, ਉਹ ਵੀ ਨਹੀਂ ਦਿੰਦੇ ਉਹ, ਕਿਉਂਕਿ ਉਹ LMI ਵਾਲੀ ਕੋਈ ਮੁਰਗੀ ਉਡੀਕਦੇ ਜੀ। ਸਭ ਤੋਂ ਬਾਹਰ ਹੈ ਜੀ, ਕਿਹੜੇ ਪਾਸੇ ਜੋਬਸ ਖਾਲੀ ਪਈਆਂ ਤੇ ਕਿਹੜੇ ਪਾਸੇ ਇਹ ਸੈੱਟ ਹੋਣਾ ਜੀ, ਇਹ ਮੁਸ਼ਕਲ ਆ। ਤੇ ਬਾਈ ਨਾਲੇ ਕਦੇ ਨਾ ਟਾਈਮ ਲੱਗਿਆ ਤਾਂ ਸਰਵੇ ਕਰਾ ਕੇ ਦੇਖੋ ਵੀ ਰਿਟਾਇਰਮੈਂਟ ਏਜ ਵਾਲੇ ਕਿੰਨੇ ਕੁ ਬੰਦੇ ਰਿਟਾਇਰ ਹੋ ਕੇ ਘਰੇ ਬੈਠੇ ਆ, ਜਿਹੜਾ ਰੌਲਾ ਪਾਈ ਜਾਂਦਾ ਸਾਡੀ ਪਾਪੂਲੇਸ਼ਨ ਬੁੱਢੀ ਹੁੰਦੀ ਆ, ਸਾਨੂੰ ਜੰਗ ਲਿਆਉਣੇ ਆ, ਜੰਗ ਲਿਆਉਣੇ ਆ, ਦੇਖੋ ਤੁਸੀਂ ਕਿੰਨੇ ਕੁ ਬੈਠੇ ਘਰੇ, ਕੋਈ ਬੈਠ ਸਕਦਾ ਘਰੇ ਅੱਜ ਦੀ ਤਰੀਕ 'ਚ? ਥੈਂਕ ਯੂ ਬਾਈ। ਬਸ ਨੰਬਰ ਨੇ ਜੀ, ਨੰਬਰਾਂ ਨਾਲ ਕਿਵੇਂ ਮਰਜ਼ੀ ਪਲੇ ਕਰੀ ਜਾਓ। ਗੁਰਜੀਤ ਜੀ ਤੁਹਾਡਾ ਕੀ ਖਿਆਲ ਹੈ? ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਲੀਡਰਾਂ ਤੋਂ ਸ਼ੁਰੂ ਕਰੂੰਗਾ, ਜਿਹੜੀ ਗੱਲ ਤੁਸੀਂ ਨਾ MPP ਦੀ ਕੀਤੀ ਸੀ। ਮੈਂ 3 ਸਾਲ ਪਹਿਲਾਂ ਆਪਣੇ ਅਮਰਜੋਤ ਸੰਧੂ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਸੰਧੂ ਸਾਹਿਬ ਲਾਇਸੈਂਸ ਰੋਕੋ, ਇੱਥੇ ਟਰੱਕਿੰਗ ਦਾ ਬੇੜਾ ਗਰਕ ਹੋ ਜਾਣਾ, ਸਾਨੂੰ 16-17 ਸਾਲ ਹੋ ਗਏ। ਗੁਰਜੀਤ ਜੀ ਇੱਕ ਮਿੰਟ, ਆਪਾਂ ਟੌਪਿਕ ਦੇ ਨੇੜੇ ਰਹੀਏ, ਕਿਉਂਕਿ ਫਿਰ ਨਹੀਂ ਤਾਂ ਖਲਾਰਾ ਬਹੁਤ ਪੈ ਜਾਏਗਾ ਦੂਰ। ਹਾਂਜੀ ਉਹੀ ਮੈਂ ਜੋੜਨ ਲੱਗਾ ਇੱਧਰ ਹੀ, ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਵੀ ਲਾਇਸੈਂਸ ਬਹੁਤ ਜ਼ਿਆਦਾ ਬਣ ਰਿਹਾ ਹੈ ਨਾ, ਵੀ ਟਰੱਕਿੰਗ 'ਚ ਡਰਾਈਵਰਾਂ ਦਾ ਬਹੁਤ ਮੰਦਾ ਪੈ ਜਾਣਾ, ਉਹਨਾਂ ਟਾਈਮ ਨੂੰ ਡਰਾਈਵਰ ਵਾਧੂ ਹੋ ਜਾਣੇ ਮਾਰਕੀਟ 'ਚ ਹੈ ਨਾ। ਮੈਨੂੰ ਅੱਗਿਓਂ ਆਂਸਰ ਆਇਆ ਕਿ ਮਾਰਕੀਟ ਤਾਂ 15,000 ਡਰਾਈਵਰ ਚਾਹੀਦਾ ਹੋਰ, ਹਾਂਜੀ ਹੈ ਨਾ। ਹੁਣ ਦੇਖ ਲਓ ਉਹੀ ਗੱਲਾਂ ਜਿਹੜੀਆਂ ਤੁਸੀਂ ਸਰਵੇ ਦੱਸ ਰਹੇ ਆ, ਰਿਪੋਰਟਾਂ ਆ ਰਹੀਆਂ, ਫਿਰ ਅੰਟਾਰੀਓ ਗੌਰਮੈਂਟ 'ਚ ਪ੍ਰਾਈਵੇਟ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਹੋ ਰਹੀ, ਇਹਨੂੰ ਰੋਕੋ 2 ਸਾਲ ਪਹਿਲਾਂ। ਡੱਗ ਫੋਰਡ ਨੇ ਕੋਈ ਐਕਸ਼ਨ ਨਹੀਂ ਲਿਆ ਭਾਜੀ, ਹਾਂਜੀ ਇਹ ਸਾਡੇ ਲੀਡਰ ਹੈ ਨਾ ਭਾਜੀ ਜਿਹੜੇ, ਇਹ ਤਾਂ ਕੋਈ ਐਕਸ਼ਨ ਨਹੀਂ ਲੈ, ਇਹ ਤਾਂ ਅੱਜ ਵੀ ਕਹਿ ਰਹੇ ਆ ਵੀ 15,000 ਡਰਾਈਵਰ ਅੰਟਾਰੀਓ 'ਚ ਹੋਰ ਚਾਹੀਦਾ। ਇਹ ਕੰਪਨੀਆਂ ਦੀ ਬੋਲੀ ਬੋਲਦੇ ਆ ਸਾਰੇ ਭਾਜੀ, ਰੈਸਟੋਰੈਂਟ ਵਾਲੇ ਕੋਲ ਚੱਲ ਜਾਓ, ਉਹਨਾਂ ਦੀ ਇਹ ਬੋਲਦੇ, ਉਹਨਾਂ ਦੇ ਤਾਂ ਰੀਬਨ ਕੱਟਣ ਜਾਂਦੇ ਆ ਭਾਜੀ। ਬਿਲਕੁਲ ਭਾਜੀ, ਲੀਡਰਾਂ ਦਾ ਕਸੂਰ ਆ, ਸਾਡੇ ਡੱਗ ਫੋਰਡ ਆਟਵਾ ਨੂੰ ਜਾ ਕੇ ਚਿੱਠੀ ਲਿਖ ਦਿੰਦਾ ਜੀ, ਮੈਨੂੰ ਅੰਟਾਰੀਓ 'ਚ ਇਹ ਬੰਦੇ ਚਾਹੀਦੇ, ਕਦੇ ਇਹਨੇ ਪ੍ਰਾਈਵੇਟ ਕਾਲਜਾਂ 'ਤੇ ਕੋਈ ਐਕਸ਼ਨ ਲਿਆ ਜਿਹੜੇ ਕਮਰੇ ਕਮਰੇ 'ਤੇ ਖੁੱਲੇ ਹੋਆ? ਹਾਂਜੀ ਹਾਂਜੀ, ਇਹ ਤਾਂ ਕੁਛ ਕਰ ਨਹੀਂ ਰਹੇ ਭਾਜੀ, ਕਸੂਰਵਾਰ ਤਾਂ ਇਹਨਾਂ ਲੀਡਰਾਂ ਦਾ, ਸੂਬਿਆਂ ਸਰਕਾਰਾਂ ਦਾ। ਅਸੀਂ ਪੰਡੀ ਫੈਡਰਲ ਨੂੰ ਜਾਂਦੇ ਹਾਂ, ਸਾਰਿਆਂ ਨੂੰ ਵੱਡਾ ਕਸੂਰ ਸੂਬਾ ਸਰਕਾਰਾਂ ਦਾ, ਜਦਕਿ ਅਸੀਂ ਇਹਨਾਂ ਕੋਲ ਰੌਲਾ ਪਾ ਪਾ ਕੇ ਇੱਥੇ ਥੱਕ ਗਏ ਕਿ ਭਾਜੀ ਇਹਨਾਂ ਚੀਜ਼ਾਂ ਨੂੰ ਰੋਕੋ ਰੋਕੋ। ਇਹ ਤਾਂ ਕਹੀ ਜਾਂਦੇ ਸਾਨੂੰ ਇੱਥੇ ਹੋਰ ਇਮੀਗ੍ਰੇਸ਼ਨ ਚਾਹੀਦੀ ਹਾਲੇ। ਹਾਂਜੀ ਤੁਸੀਂ ਹੁਣ ਦੱਸ ਦਿਓ ਸੱਚ ਕੀ ਆ ਤੇ ਝੂਠ ਕੀ ਆ? ਤੁਸੀਂ ਰੇਡੀਓ ਹੋਸਟ ਆ ਨਾ, ਤੁਸੀਂ ਰੋਜ਼ ਸਰਵੇ ਕਰਦੇ ਆ ਜੀ, ਤੁਹਾਡੇ ਸਭ ਦੇ ਸਾਹਮਣੇ ਆ ਜੀ ਵੀ ਕਿਹੜੀ ਕਿਹੜੀ ਸਾਡੇ ਮਤਲਬ ਲੇਬਰ ਸ਼ਾਰਟੇਜ ਹੈ। ਤੁਸੀਂ ਇਹ ਨਾ ਭਾਜੀ ਡੱਗ ਫੋਰਡ ਨੂੰ ਸਟੇਜ ਲਿਆ ਕੇ ਸਮਝਾਓ ਇਹ ਚੀਜ਼ ਹੈ ਨਾ ਕਿਸੇ ਦਿਨ, ਕਿ ਭਾਈ ਇੱਥੇ ਲੋਕਾਂ ਦਾ ਤਾਂ ਸਾਹ ਲੈਣਾ ਔਖਾ ਹੋਇਆ ਪਿਆ, ਤੁਸੀਂ ਕਹੀ ਜਾਂਦੇ ਸਾਨੂੰ ਇਮੀਗ੍ਰੇਟ, ਆ ਕਾਲਜਾਂ ਵਾਲਾ ਇਸ਼ੂ ਚੱਕ ਲਓ, ਕਹਿੰਦੇ ਕਾਲਜ ਘਾਟੇ ਜਾ ਰਹੇ ਆ, ਦੱਸੋ ਇਹਨੀ ਉਹਦਾ ਸੋਚਣਾ ਜਿਹਨੇ ਇਹਨਾਂ ਨੂੰ ਇਲੈਕਸ਼ਨ 'ਚ ਫੰਡ ਦੇਣਾ। ਹੁਣ ਮੇਰੇ ਇੱਕ ਟਰੱਕ ਚਲਾਉਣਾ ਡਰਾਈਵਰ ਆ ਕੇ, ਡਰਾਈਵਰ ਨੇ ਥੋੜ੍ਹੇ ਇਹਨਾਂ ਨੂੰ 5,000 ਦਾ ਚੈੱਕ ਦੇ ਦੇਣਾ ਇਲੈਕਸ਼ਨ 'ਚ, ਹੈ ਨਾ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਗੁਰਜੀਤ ਜੀ। ਅਤੇ ਅੱਗੇ ਨੇ ਜੀ ਆਰੀਆ। ਹਾਂਜੀ ਆਰੀਆ, ਤੁਹਾਡਾ ਨਾਮ ਜੀ ਆਰੀਆ? ਇਲੈਕਸ਼ਨ ਹੋ ਗਈਆਂ, ਉਹ ਆਪੇ ਅਗਲੀ ਸਰਕਾਰ ਦੇਖੇ, ਅਗਲੀ ਗਵਰਨਮੈਂਟ ਦੇਖੇ, ਲੋਕਾਂ ਦੁਆਰਾ ਦੇਖਿਆ ਜਾਏਗਾ, ਤੇ ਬਸ ਇਹੀ ਕੁਛ ਹੋਣਾ ਮੈਨੂੰ ਲੱਗਦਾ, ਹੋਰ ਕੁਛ ਨਹੀਂ ਹੋਣਾ। ਥੈਂਕ ਯੂ ਆਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਅਖਤਰ ਨੇ ਜੀ, ਨੈਕਸਟ ਕਾਲਰ। ਹਾਂਜੀ ਹਾਂਜੀ, ਮੈਂ ਤੁਹਾਡਾ ਸ਼ੋ ਸੁਬਹ ਸੁਬਹ ਸੁਣਦਾ ਆ, ਕੈਨੇਡਾ ਦੇ ਜੋ ਵੀ ਹਾਲਾਤ ਹੈ, ਮੈਂ ਪਿਛਲੇ ਸਾਲ ਆਇਆ ਸੀ ਇੱਥੇ ਆਪਣੀ ਫੈਮਿਲੀ ਦੇ ਨਾਲ, ਤੇ ਅਸੀਂ ਬਹੁਤ ਸੋਚਦੇ ਸੀ ਕੈਨੇਡਾ ਜਾਵਾਂਗੇ ਤਾਂ ਸਾਰਾ ਕੁਝ ਚੰਗਾ ਹੋ ਜਾਣਾ। ਜਿਸ ਤਰ੍ਹਾਂ ਇੱਥੇ
ਦੱਸਿਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਜੋਬਸ ਨੇ, ਇਤਨੀ ਵੈਕੈਂਸੀਜ਼ ਨੇ ਓਨਟੈਰੀਓ 'ਚ ਜਿਹੜੀਆਂ ਨੇ ਹਜ਼ਾਰਾਂ ਲੱਖਾਂ ਜੋਬਸ ਪਈਆਂ ਨੇ। ਮੇਰਾ ਬੇਟਾ ਬੇਟੀ ਉਹ ਸਟੂਡੈਂਟ ਨੇ, ਉਹਨਾਂ ਨੂੰ ਤਾਂ ਪਾਰਟ ਟਾਈਮ ਕੰਮ ਵੀ ਨਹੀਂ ਲੱਭਾ, ਔਰ ਮੈਨੂੰ ਇੱਕ ਸਾਲ ਦੇ ਦੌਰਾਨ ਸ਼ਾਇਦ ਮੈਂ ਮੁਸ਼ਕਲ ਦੇ ਨਾਲ 6 ਮਹੀਨੇ ਕੰਮ ਕੀਤਾ ਹੋਏਗਾ, ਉਹ ਵੀ ਏਜੰਸੀਆਂ ਦੇ ਥਰੂ, 15 ਦਿਨ ਕੀਤੇ, ਮਹੀਨਾ ਕੀਤੇ, 2 ਮਹੀਨੇ ਕੀਤੇ, ਔਰ ਹੁਣ ਜੁਲਾਈ ਤੋਂ ਉੱਥੇ ਰੇਟ ਕੀ ਮਿਲਦਾ ਸੀ ਤੁਹਾਨੂੰ, ਵੇਜ ਰੇਟ ਕੀ ਮਿਲਦਾ ਸੀ? ਵੇਜ ਰੇਟ ਸਾਨੂੰ ਜਿਹੜਾ ਸੀ ਨਾ ਉਹ 17-18-19 ਮਿਲਦਾ ਸੀ। ਇਹ ਇੱਕ ਅਲੱਗ ਹੈ ਜਿਹੜਾ ਤੁਸੀਂ ਵਿੱਚ ਦੱਸਦੇ ਸੀ, ਸੁਬਹ ਮਾਰਨਿੰਗ ਦੇ ਵਿੱਚ ਤੁਸੀਂ ਗੱਲ ਕਰ ਰਹੇ ਸੀ, ਲੇਕਿਨ ਉਹ ਪਤਾ ਕੀ ਗੱਲ ਹੈ, ਹੁਣ ਮਤਲਬ ਇਸ ਗੱਲ ਨੂੰ ਕਿਸੇ ਹੋਰ ਐਂਗਲ ਦੇ ਨਾਲ ਨਾ ਸੋਚਣਾ, ਮੇਰੀ ਤੁਹਾਡੇ ਨਾਲ ਬੜੀ ਰਿਕੁਐਸਟ ਹੈ, ਲੇਕਿਨ ਮਸਲਾ ਇਹ ਹੈ ਕਿ ਜਿਸ ਤਰ੍ਹਾਂ ਬਹੁਤ ਸਾਰੇ ਸਾਡੇ ਇੰਡੀਅਨ ਦੋਸਤ ਨੇ ਪੰਜਾਬੀ ਆਏ ਹੋਏ ਨੇ, ਜਿਸ ਤਰ੍ਹਾਂ ਸਟੂਡੈਂਟਸ ਨੇ ਉਹ ਕਾਲਜਾਂ ਵਗੈਰਾ 'ਚ ਵੀ ਨਹੀਂ ਜਾਂਦੇ, ਔਰ ਰੈਫਰੈਂਸ ਦੇ ਨਾਲ ਜਿਸ ਤਰ੍ਹਾਂ ਟੀਮ ਹੋਲਟਨ 'ਤੇ ਨੇ ਜਾਂ ਜੋ ਵੀ, ਖੁੱਲ੍ਹ ਕੇ ਤੁਸੀਂ ਖੁੱਲ੍ਹ ਕੇ ਗੱਲ ਕਰੋ ਝਿਜਕੋ ਨਾ ਬਿਲਕੁਲ ਵੀ। ਹਾਂ, ਜਿਹੜਾ ਵੀ ਕੋਈ ਵੀ ਰੈਸਟੋਰੈਂਟ ਦਾ ਬਿਜ਼ਨਸ ਹੈ ਨਾ, ਮਸਲਾਂ ਅੱਜ ਕੱਲ੍ਹ ਮੇਰੇ ਕੋਲ ਕੰਮ ਕੋਈ ਨਹੀਂ ਤਾਂ ਮੈਂ ਉਬਰ ਡਿਲੀਵਰੀ ਕਰਦਾ, ਇਸ ਟਾਈਮ ਹੀ ਨਿਕਲਿਆ ਹੋਇਆ ਸੀ, ਮੈਂ ਜਿੱਥੋਂ ਵੀ ਪਿਕਅਪ ਲਈ ਜਾਣਾ, ਮੈਕਡੋਨਲਡ ਜਾਓ, KFC ਜਾਓ, ਕਿਸੇ ਵੀ ਜਗ੍ਹਾ 'ਤੇ ਤੁਸੀਂ ਜਾਓ ਨਾ, ਕਿਸੇ ਪੰਜਾਬੀ ਢਾਬੇ 'ਤੇ ਜਾਓ, ਔਰ ਉੱਥੇ ਤੁਹਾਨੂੰ ਪੰਜਾਬੀ ਬੱਚੀਆਂ ਜਿਹੜੀਆਂ ਨੇ ਉਹ ਮਿਲਦੀਆਂ ਨੇ ਕੰਮ ਦੇ ਉੱਤੇ। ਉਹਦੀ ਰੀਜ਼ਨ ਇਹ ਹੈ ਕਿ ਇਹ ਅੰਡਰ ਪੇ ਕਰਕੇ ਨਾ ਅਤੇ ਉਹਨਾਂ ਨੂੰ ਉੱਥੇ ਕੰਮ 'ਚ ਰੱਖ ਲੈਂਦੇ ਨੇ। ਬੱਸ ਦੇ ਵਿੱਚ ਮੈਂ ਇੱਕ ਦਫ਼ਾ ਬੈਠਾ ਅਤੇ ਮੇਰੇ ਨਾਲ ਇੱਕ ਦੋਸਤ ਸਨ, ਉਹ ਅਮਰੀਕਾ ਤੋਂ ਆਏ ਹੋਏ ਸਨ ਪੰਜਾਬੀ, ਅਤੇ ਉਹ ਕਹਿੰਦੇ ਨੇ ਕਿ ਮੈਂ ਸਬਜ਼ੀ ਮੰਡੀ ਕੈਲੇਡਨ ਚੱਲਾਂ ਅਤੇ ਉੱਥੇ ਕੰਮ ਹੈ, ਉੱਥੇ $7-8 ਮੈਨੂੰ ਮਿਲ ਜਾਣਗੇ। ਇਸ ਤਰੀਕੇ ਦੇ ਨਾਲ ਜਿਹੜੇ ਲੋਕਲ ਨੇ ਵਿਚਾਰੇ ਲੋਕ, ਜਾਂ ਜਿਸ ਤਰ੍ਹਾਂ ਮਸਲਾ ਹੁਣ ਅਸੀਂ ਆਏ ਹੋਏ, ਅਸੀਂ PR ਦੇ ਉੱਤੇ ਆਏ ਹੋਏ, ਸਾਡਾ PR ਹੈ, ਅਤੇ PR ਦੇ ਉੱਤੇ ਹੋਵੋਗੇ, ਸੀਨ ਦੇ ਉੱਤੇ ਕੰਮ ਕਰੋਗੇ ਤਾਂ ਤੁਹਾਨੂੰ ਪੂਰੀ ਪੇਮੈਂਟ ਨਹੀਂ ਮਿਲਦੀ, ਤੁਹਾਨੂੰ ਜਿਹੜਾ ਇੰਪਲੋਇਰ ਹੈ ਉਹਨੂੰ ਪੂਰੀ ਪੇਮੈਂਟ ਦੇਣੀ ਪੈਂਦੀ ਹੈ ਜਿਹੜਾ PR ਹੈ ਜਾਂ ਕੋਈ ਲੋਕਲ ਸਿਟੀਜ਼ਨ ਹੈ। ਲੇਕਿਨ ਹੁੰਦਾ ਕੀ ਹੈ, ਉਹ ਜਿਹੜੇ ਰੈਫਰੈਂਸ ਦੇ ਨਾਲ ਨੇ, ਯਾਰ ਦੋਸਤ ਨੇ, ਜਿਹੜੀਆਂ ਬੱਚੀਆਂ ਨੇ ਉਹ ਆਪਣੀਆਂ ਦੋਸਤਾਂ ਸਹੇਲੀਆਂ ਨੂੰ ਜੋਬ ਦਿਲਾਉਂਦੀਆਂ ਨੇ, ਅਤੇ ਉਹ ਅੰਡਰ ਪੇ ਦੇ ਉੱਤੇ ਵਿਚਾਰੀਆਂ ਕੰਮ ਕਰਦੀਆਂ ਰਹਿੰਦੀਆਂ ਨੇ, ਉਹ ਕਿਸੇ ਨੂੰ ਚੁੱਪ ਕਰਕੇ ਦੱਸਦੀਆਂ ਨਹੀਂ। ਇਹਦੇ ਨਾਲ ਜਿਹੜਾ ਮਾਲਕ ਹੁੰਦਾ, ਜਿਹੜਾ ਬਿਜ਼ਨਸ ਓਨਰ ਹੈ, ਉਹਨੂੰ ਤਾਂ ਫਾਇਦਾ ਹੁੰਦਾ। ਬਿਲਕੁਲ ਬਿਲਕੁਲ। ਬਾਕੀ ਜਿਹੜੀ ਗੱਲ ਹੈ ਕਿ ਇਮੀਗ੍ਰੇਸ਼ਨ ਨੇ ਕਿਤਨਾ ਕੱਟ ਲਾਇਆ, ਕੀ ਕੱਟ ਲਾਇਆ ਹੈ, 5 ਲੱਖ ਬੰਦਾ ਅੱਗੇ ਲੈਂਦਾ ਸੀ, 4 ਲੱਖ ਤਾਂ ਉਹਨੇ ਹੁਣ ਵੀ ਲੈਣਾ, ਔਰ ਅਗਲੇ 2-3 ਸਾਲਾਂ ਦੇ ਵਿੱਚ ਕਿਤਨਾ ਘਟਾਏਗਾ, ਉਹ 3.5 ਲੱਖ ਦੇ ਉੱਤੇ ਵੀ ਨਹੀਂ ਪਹੁੰਚਣੀ। ਅਤੇ ਜਿਹੜੀ ਪਹਿਲੇ ਉਹਨਾਂ ਨੇ ਇਤਨੀ ਮਖਲੂਕ ਵਿਚਾਰੀ ਬੁਲਾ ਕੇ ਇੱਥੇ ਜ਼ਲੀਲ ਕਰ ਰਹੇ ਨੇ, ਇਤਨੇ ਸਟੂਡੈਂਟਸ ਨੇ ਉਹ ਜਲੂਸ ਕਰਦੇ ਨੇ, ਵਿਚਾਰੇ ਸਟੂਡੈਂਟ ਮੇਰੇ ਘਰ ਨੇ, ਸਾਡੇ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਬੱਚੀਆਂ ਨੇ, ਉਹ 6 ਮਹੀਨੇ ਤੋਂ ਵਿਚਾਰੀਆਂ ਫਾਰਗ ਨੇ, ਇੰਡੀਆ ਦੀਆਂ ਬੱਚੀਆਂ ਨੇ ਉਹ ਹੁਣ ਕਿਸੇ ਤੋਂ ਪਰਾਏ ਬੰਦੇ ਤੋਂ ਪੈਸਾ ਲੈ ਕੇ ਵਿਚਾਰੀਆਂ ਉਧਾਰ, ਅਤੇ ਦੀਵਾਲੀ ਦੇ ਉੱਤੇ ਉਹ ਇੰਡੀਆ ਗਈਆਂ ਨੇ, ਪਤਾ ਨਹੀਂ ਹੁਣ ਵਾਪਸ ਆਉਣਗੀਆਂ ਕਿ ਨਹੀਂ ਆਉਣਗੀਆਂ। ਇਕਾਨਮੀ ਦਾ ਬੇੜਾ ਗਰਕ ਹੈ, ਇਮੀਗ੍ਰੇਸ਼ਨ ਵਾਲਿਆਂ ਨੇ ਆਪਣਾ ਧੰਦਾ ਚਲਾਉਣ ਵਾਸਤੇ ਇਤਨੇ ਜ਼ਿਆਦਾ ਲੋਕਾਂ ਨੂੰ ਉਹਨਾਂ ਨੇ ਮੁਲਕ ਦੇ ਵਿੱਚ ਬੁਲਾ ਲਿਆ ਹੋਇਆ, ਨਾ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਹੈ, ਨਾ ਉਹਨਾਂ ਦੇ ਖਾਣ ਦਾ ਇੰਤਜ਼ਾਮ ਹੈ, ਨਾ ਉਹਨਾਂ ਦੇ ਸੌਣ ਪੈਣ ਦਾ ਇੰਤਜ਼ਾਮ ਹੈ। ਤੁਸੀਂ ਇੱਕ ਆਮ ਜਨਰਲ ਦੀ ਮਿਸਾਲ ਲੈ ਲਓ ਕਿ ਇੱਕ ਘਰ ਦੀ ਮਿਸਾਲ ਅਗਰ ਅਸੀਂ ਲੈ ਲਈਏ, ਮਸਲ ਮੇਰਾ ਹੀ ਘਰ ਹੈ, ਮੈਂ ਆਪਣੇ ਘਰ ਦੇ ਵਿੱਚ ਅਗਰ 10 ਆਦਮੀ ਬਣਾਉਣਾ ਵਾਂ, ਤਾਂ ਮੈਂ 10 ਆਦਮੀਆਂ ਦਾ ਮਤਲਬ ਹੈ ਕਿ ਮੈਂ 10 ਆਦਮੀਆਂ ਦਾ ਅਰੇਂਜਮੈਂਟ ਕੀਤਾ ਹੋਇਆ। ਅਗਰ ਮੈਂ ਆਪਣੇ ਘਰ ਦੇ ਵਿੱਚ 50 ਆਦਮੀ ਬੁਲਾਉਣਾ ਚਾਹੁੰਦਾ ਵਾਂ, ਤਾਂ ਮੇਰੇ ਕੋਲ 50 ਆਦਮੀ ਦਾ ਅਰੇਂਜਮੈਂਟ ਹੋਣਾ ਚਾਹੀਦਾ, ਉਹਨਾਂ ਦੇ ਸੌਣ ਦਾ, ਉਹਨਾਂ ਦੇ ਖਾਣ ਪੀਣ ਦਾ, ਉਹਨਾਂ ਦੇ ਕੰਮ ਧੰਦੇ ਦਾ, ਉਹਨਾਂ ਦੀ ਹਰ ਇੱਕ ਜ਼ਰੂਰਤ ਦਾ। ਇੰਤਜ਼ਾਮ ਮੈਂ 5 ਆਦਮੀਆਂ ਦਾ ਕਰਾਂ, ਲੇਕਿਨ ਬੰਦੇ ਮੈਂ 100 ਸਾਧਨ। ਨਹੀਂ, ਇਹ ਤਾਂ ਹੈਗੀ ਜੀ ਕੋਮਨ ਸੈਂਸ, ਜਿਹੜੇ ਮਤਲਬ ਸਰਕਾਰ ਜਾਂ ਪੜ੍ਹੇ ਲਿਖੇ ਲੋਕ ਕਹਿੰਦੇ ਨੇ, ਕੋਮਨ ਸੈਂਸ ਨਾਲ ਨਹੀਂ ਗੱਲਾਂ ਪਤਾ ਲੱਗਦੀਆਂ, ਡੇਟਾ ਦੇਖੋ। ਸਰ ਮੈਂ ਹੁਣ ਠੀਕ ਮਤਲਬ ਕਾਲ ਕਰ ਰਿਹਾ ਸੀ, ਕਾਲ ਵੀ ਪਤਾ ਨਹੀਂ ਤੁਹਾਡਾ ਕਾਲ ਵੀ ਲੰਬੀ ਨਾ ਹੋਏਗੀ। ਨਹੀਂ ਨਹੀਂ, ਥੈਂਕ ਯੂ ਬਹੁਤ, ਤੁਸੀਂ ਆਪਣੇ ਖਿਆਲ ਸ਼ੇਅਰ ਕਰਦੇ, ਇੱਕ ਆਮ ਕੈਨੇਡੀਅਨ ਦੇ ਮਨ ਦੀ ਜਿਹੜੀ ਹਾਲਤ ਹੈ ਉਹ ਤੁਸੀਂ ਸ਼ੇਅਰ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ ਅਖਤਰ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ ਜੀ। ਸੋ ਅੱਗੇ ਕੁਛ ਟੈਕਸਟ ਮੈਸੇਜਸ ਨੇ, ਜਿਵੇਂ ਅੰਮ੍ਰਿਤਪਾਲ ਹੋਰਾਂ ਦਾ ਕਮੈਂਟ ਹੈ ਕਿ ਜਿਹੜਾ LMIA ਸਕੈਮ ਅਤੇ ਬਰੈਂਪਟਨ ਮਿਸਾਗਾ 'ਚ ਅਜੇ ਵੀ ਚੱਲ ਰਿਹਾ, ਅਤੇ ਕਈ ਫਿਜ਼ੀਓਥੈਰੇਪੀ ਕਲੀਨਿਕਸ ਨੇ, ਜੋਬ ਓਪਨਿੰਗ ਨੇ, ਫਰੰਟ ਡੈਸਕ ਦੀਆਂ, ਅਤੇ ਕੋਈ ਕੁਛ ਕੋਈ ਕੁਛ, ਇਹ ਸਾਰਾ ਕੁਛ ਪ੍ਰਾਈਮ ਮਿਨਿਸਟਰ ਨੂੰ ਦੱਸਣ ਦੀ ਜ਼ਰੂਰਤ ਹੈ। ਹਰਪ੍ਰੀਤ ਕਹਿੰਦੇ ਜੀ, ਟੂ ਲਿਟਲ 9680 ਕਹਿੰਦੇ ਨੇ ਜੀ, 3 ਲੱਖ ਸਟੂਡੈਂਟਸ ਆ ਰਿਹਾ ਅਤੇ ਹਰ ਕੋਈ 20,000 ਰੁਪਏ ਕਰਦਾ GIC ਬੈਂਕਾਂ ਨੂੰ, ਅਤੇ ਬੈਂਕਾਂ ਨੂੰ 6,000 ਮਿਲੀਅਨ ਮਿਲ ਰਿਹਾ, ਅਤੇ ਗਵਰਨਮੈਂਟ ਵੀ ਇਹਦਾ ਪਾਰਟ ਹੈ। ਜਸਪ੍ਰੀਤ ਰਤਨ ਕਹਿੰਦੇ ਨੇ, ਅਜੇ ਵੀ ਸਰਕਾਰ ਇਲਿਊਜ਼ਨ 'ਚ ਹੈ, LMIA ਬੰਦ ਹੋਣਾ ਚਾਹੀਦਾ, ਅਤੇ ਸਟੂਡੈਂਟ ਵੀਜ਼ਾ ਨੂੰ ਪੁਲਿਸ ਕਲੀਅਰੈਂਸ ਚਾਹੀਦੀ ਹੈ, PR ਐਪਲੀਕੇਸ਼ਨ ਦੀ ਤਰ੍ਹਾਂ। ਸਿਰਫ ਯੂਨੀਵਰਸਿਟੀ ਸਟੂਡੈਂਟਸ ਨੂੰ ਵਰਕ ਪਰਮਿਟ ਮਿਲਣਾ ਚਾਹੀਦਾ ਜਿਵੇਂ ਕਿ US 'ਚ ਹੁੰਦਾ, ਅਤੇ ਕਾਲਜਾਂ ਵਾਸਤੇ ਕੋਈ ਵਰਕ ਪਰਮਿਟ ਨਹੀਂ ਹੋਣਾ ਚਾਹੀਦਾ।
0335 ਇਹ ਵੀ ਕਹਿੰਦੇ ਨੇ ਐਲ ਐਮ ਆਈ ਏ ਬੰਦ ਹੋਣਾ ਚਾਹੀਦਾ। ਅਤੇ ਕੁਲਬੀਰ ਕਹਿੰਦੇ ਨੇ ਜੀ ਕਿ ਇੱਕ ਪਾਸੇ ਕਿਹਾ ਜਾਂਦਾ ਵੀ ਹਜ਼ਾਰਾਂ ਜੌਬਾਂ ਖਾਲੀ ਨੇ, ਦੂਜੇ ਪਾਸੇ ਬੱਚਿਆਂ ਨੂੰ ਸਾਡਿਆਂ ਨੂੰ ਕੰਮ ਨਹੀਂ ਮਿਲ ਰਿਹਾ। ਅਤੇ ਸਮੀਰ ਹੋਰਾਂ ਦੇ ਵੀ ਕੁਛ ਇਸੇ ਤਰ੍ਹਾਂ ਦੇ ਖਿਆਲ ਨੇ। ਵਰਿੰਦਰ ਸੋਹੀ ਇਹ ਕਹਿੰਦੇ ਜਿੰਨੇ ਫੈਸਲੇ ਹੋ ਰਹੇ ਨੇ ਹੁਣ ਇੱਕੋ ਹੀ ਵਜ੍ਹਾ ਕਿ ਟਰੂਡੋ ਸਾਹਿਬ ਦੀ ਪਾਰਟੀ 'ਚ ਟਰੂਡੋ ਸਾਹਿਬ ਦਾ ਆਪਣੀ ਪਾਰਟੀ 'ਚ ਜਿਹੜੀ ਸੀਟ ਬਰਕਰਾਰ ਰੱਖਣੀ, ਅਤੇ ਇਹ ਸਾਰਾ ਇਹਨਾਂ ਚੀਜ਼ਾਂ ਦਾ ਫਿਕਰ ਇਸ ਵੇਲੇ ਡੋਮੀਨੇਟ ਕਰ ਰਿਹਾ। ਅਤੇ ਮੇਰੀ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਗੱਲ ਛੋਟੀ ਕਰਨਾ, ਅਰਸ਼ ਤੁਸੀਂ ਕਰੋ ਗੱਲ ਪਰ ਛੋਟੀ ਕਰਨਾ ਗੱਲ। ਸ਼ਮੀਲ ਜੀ ਇੱਕ ਸੈਂਟੈਂਸ ਹੀ ਮੁਕਾਉਂਗਾ, ਵੈਲਕਮ ਟੂ ਦ ਲੈਂਡ ਆਫ ਡਮਸਟ ਪੋਲੀਟੀਸ਼ੀਅਨ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਇਹਦੇ 'ਚ ਸਾਰਾ ਕੁਛ ਹੀ ਤੁਸੀਂ ਕਹਿ ਦਿੱਤਾ। ਅਤੇ ਗੌਤਮ ਜੀ ਨੇ ਜੀ ਆਖਰੀ ਕਾਲ ਹੈ, ਗੌਤਮ ਜੀ ਤੁਸੀਂ ਕਰੋ ਗੱਲ। ਹਾਂਜੀ ਸ਼ਮੀਲ ਜੀ, ਗੁੱਡ ਮੋਰਨਿੰਗ। ਗੁੱਡ ਮੋਰਨਿੰਗ। ਇੱਕ ਆਪਣਾ ਸਾਰੇ ਕੰਪਿਊਟਰ ਯੂਜ ਕਰਦੇ ਆ ਐਂਟੀਵਾਇਰਸ, ਹਾਂਜੀ ਚੀਜ਼ ਹੁੰਦੀ ਹੈ। ਐਂਟੀਵਾਇਰਸ ਆਉਣ ਤੋਂ ਪਹਿਲੇ ਇੱਕ ਵਾਇਰਸ ਕ੍ਰੀਏਟ ਕੀਤਾ ਜਾਂਦਾ, ਤਾਂ ਹੀ ਐਂਟੀਵਾਇਰਸ ਦੀ ਮਾਰਕੀਟ ਬਣਦੀ ਹੈ। ਤੁਸੀਂ ਇਹ ਸੋਚੋ, ਹਾਊਸਿੰਗ ਮਾਰਕੀਟ ਨੂੰ ਗਵਰਨਮੈਂਟ ਨੇ ਇਹਨਾਂ ਦੇ ਸਾਹਮਣੇ ਕੂਲ ਡਾਊਨ ਕਰਤਾ, ਹਰ ਮਾਰਕੀਟ ਨੂੰ ਕੂਲ ਡਾਊਨ ਕਰਤਾ। ਇਹ ਜਿਹੜੀ ਗਵਰਨਮੈਂਟ ਹੈਗੀ ਹੈ, ਇਹ ਇਮੀਗ੍ਰੇਸ਼ਨ ਨੂੰ ਸੈਟਲ ਨਹੀਂ ਕਰ ਸਕਦੀ। ਇਹ ਜਿਹੜੀ ਸੈਕਟਰ ਹੈਗਾ ਹੈ, ਹਾਊਸਿੰਗ ਹੋਰ ਸਾਰੇ ਸੈਕਟਰਾਂ ਤੋਂ ਵੱਡਾ ਸੈਕਟਰ ਹੈ, ਇਹਨੂੰ ਇਹ ਸੈਟਲ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇਹਨਾਂ ਸਾਰਿਆਂ ਦੇ ਘਰ ਉਹਦੇ ਨਾਲ ਚੱਲਦੇ ਪਏ ਆ। ਇਹ ਮੇਰੀ ਤੁਹਾਡੀ ਸਾਰਿਆਂ ਦੀ ਪ੍ਰੋਬਲਮ ਹੈ, ਇਹ ਪੋਲੀਟੀਸ਼ੀਅਨ ਦੀ ਪ੍ਰੋਬਲਮ ਨਹੀਂ, ਬਿਕੋਜ਼ ਦੇ ਗੈਟਿੰਗ ਮਨੀ ਆਊਟ ਆਫ ਇਟ, ਦੇ ਗੈਟਿੰਗ ਬਿਗ ਕਿਕ ਬੈਕਸ। ਇਹ ਜਿੰਨੇ ਵੱਡੇ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਆ ਜਿਹੜੇ ਕੰਮ ਕਰ ਰਹੇ ਆ, ਲੋਕੀ ਕਹਿ ਰਹੇ ਐਲ ਐਮ ਆਈ ਏ ਬੰਦ ਕਰ ਦਿਓ, ਇਹਨਾਂ ਨੂੰ ਨਹੀਂ ਪਤਾ ਐਲ ਐਮ ਆਈ ਬੰਦ ਕਰ ਦੇਣਗੇ ਤਾਂ ਕੰਮ ਖਤਮ ਹੋ ਜਾਏ। ਇਹਨਾਂ ਨੂੰ ਸਭ ਕੁਛ ਪਤਾ, ਬਟ ਇਹਨਾਂ ਦੀ ਦੁਕਾਨ ਵੀ ਤਾਂ ਬੰਦ ਹੋ ਜਾਏਗੀ, ਇਹ ਚਾਹੁੰਦੇ ਨਹੀਂ ਉਹ। ਇਟਸ ਅ ਬਿਗ ਮਾਰਕੀਟ। ਪੋਲੀਟੀਸ਼ੀਅਨ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਬਟ ਸਾਰਿਆਂ ਨੂੰ ਪਤਾ ਓਨਟੈਰੀਓ 'ਚ ਵੀ ਤਾਂ ਦੂਜੇ ਪਾਸੇ ਵੀ ਕਿਹੜੇ ਕਿਹੜੇ ਪੋਲੀਟੀਸ਼ੀਅਨ ਜਿਨ੍ਹਾਂ ਦੇ ਰਿਲੇਟਿਵ ਵੱਡੇ ਵੱਡੇ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਆ, ਉਹਨਾਂ ਦੀਆਂ ਦੁਕਾਨਾਂ ਕਿਉਂ ਚੱਲ ਰਹੀਆਂ? ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਇੱਥੇ ਹੀ ਗੱਲ ਅਸੀਂ ਖਤਮ ਕਰਦੇ ਹਾਂ। ਮੇਰਾ ਖਿਆਲ ਇਹਨਾਂ ਸਾਰੇ ਕਮੈਂਟਸ ਦੇ ਵਿੱਚ ਸੈਂਟੀਮੈਂਟਸ ਸਾਡੀਆਂ ਆਮ ਕੈਨੇਡੀਅਨ ਨੂੰ ਅਸੀਂ ਆਵਾਜ਼ ਦੇਣਾ ਚਾਹੁੰਦੇ ਸੀ, ਉਹ ਅਸੀਂ ਸੁਣੀਆਂ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।